ਮੈਂ ਆਪਣੇ ਗੁਰੂ ਦੇ ਪਰਮਾਤਮਾ ਸਾਵਨ ਕਿਰਪਾਲ ਦੇ ਚਰਨਾਂ 'ਚ ਨਮਸਕਾਰ ਕਰਦਾ ਹਾਂ, ਜਿਨ੍ਹਾਂ ਨੇ ਇਸ ਗਰੀਬ ਆਤਮਾ 'ਤੇ ਆਪਣੀ ਬੜੀ ਭਾਰੀ ਦਇਆ ਕੀਤੀ। ਮਹਾਰਾਜ ਜੀ ਕਹਿੰਦੇ ਸਨ ਕਿ ਪਰਮਾਤਮਾ ਦੇ ਪਾਸ ਦੀਨਤਾ ਨਹੀਂ, ਗਰੀਬੀ ਨਹੀਂ, ਕਿਉਂਕਿ ਉਹ ਕੁੱਲ ਮਾਲਕ ਹੈ। ਜਲ ਥਲ ਪਸ਼ੂ ਪੰਛੀ ਜੋ ਚੀਜ਼ ਵੀ ਅੱਖਾਂ ਨਾਲ ਦੇਖਦੇ ਹੈ, ਧਰਤੀ ਅਸਮਾਨ ਦੇ ਬਣਾਉਣ ਵਾਲਾ ਉਹ ਪਰਮਾਤਮਾ ਹੈ, ਜਿਹੜਾ ਸਭ ਕਾਸੇ ਦਾ ਵਾਰਸ ਹੈ, ਮਾਲਕ ਹੈ। ਉਹ ਕਿਸ ਤਰ੍ਹਾਂ ਗਰੀਬ ਹੋ ਸਕਦਾ ਹੈ ਔਰ ਉਹ ਕਿਹਦੇ ਅੱਗੇ ਦੀਨ ਹੋਵੇ ਜਦ ਉਹ ਸਭ ਦਾ ਕਰਤਾ ਧਰਤਾ ਹੈ। ਤੋਂ ਕਹਿੰਦੇ ਹੁੰਦੇ ਕੋਈ ਗਰੀਬੀ ਧਾਰਨ ਕਰੇ ਉਹ ਚੀਜ਼ ਲਿਆਓ ਜਿਹੜੀ ਉਹਦੇ ਪਾਸ ਨਹੀਂ, ਉਹ ਹੈ ਨਿਮਰਤਾ, ਉਹ ਹੈ ਆਜੀ। ਅਗਰ ਸਾਡੇ 'ਤੇ ਉਹ ਪ੍ਰਭੂ ਰੂਪ ਗੁਰੂ ਮਿਹਰ ਕਰੇ, ਸਾਡੀ ਆਤਮਾ ਨੂੰ ਉਹ ਸ਼ਬਦ ਦੇ ਨਾਲ ਜੋੜੇ, ਉੱਚੇ ਭਾਗ ਹੋਣ, ਅਸੀਂ ਉਹਦੀ ਦੱਸੀ ਹੋਈ ਯੁਗਤੀ ਦੇ ਮੁਤਾਬਕ ਮਿਹਨਤ ਕਰੀਏ, ਮਿਹਨਤ ਸਦਾ ਫਲ ਲਿਆਉਂਦੀ ਹੈ, ਮਿਹਨਤੀ ਬੱਚਾ ਕਾਮਯਾਬ ਹੁੰਦਾ ਹੈ। ਉਸਨੂੰ ਪਤਾ ਹੈ ਕਿ ਮੈਂ ਜਿਹੜੀ ਮਿਹਨਤ ਕੀਤੀ ਹੈ ਇਹਦਾ ਫਲ ਜ਼ਰੂਰ ਮਿਲੇਗਾ। ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀਗੇ ਕਿ ਜਿਸ ਦੇ ਬੂਹੇ 'ਤੇ ਬੈਲ ਖੜਾ ਹੈ, ਘਰ ਵਾਲੇ ਮਾਲਕ ਨੂੰ ਸਭ ਪਤਾ ਹੈ। ਜਦ ਬੰਦਾ ਬੰਦੇ ਦੀ ਮਜ਼ਦੂਰੀ ਨਹੀਂ ਰੱਖਦਾ ਕਿ ਗੁਰੂ ਕੀ ਉਹ ਪਰਮਾਤਮਾ ਬੇਇਨਸਾਫ ਹੈ, ਉਹ ਜ਼ਰੂਰ ਜਿੰਨੀ ਅਸੀਂ ਕਰਦੇ ਹਾਂ ਓਨੀ ਤਾਂ ਦਿੰਦਾ ਹੀ ਹੈ। ਫਿਰ ਉਹ ਕਹਿੰਦੇ ਹੁੰਦੇ ਕਿ ਇਸ ਕਮਾਈ ਨੂੰ ਅਗਰ ਅਸੀਂ ਦੁਨੀਆਂ ਦੀ ਮਾਨ ਵਡਿਆਈ ਦੇ ਵਿੱਚ ਖੋ ਦੇਈਏ, ਰਿਧੀਆਂ ਸਿੱਧੀਆਂ ਦਿਖਾਉਣ ਲੱਗ ਜਾਈਏ ਔਰ ਉਸ ਨੂੰ ਅਸੀਂ ਇੱਥੋਂ ਦਾ ਇੱਥੇ ਹੀ ਬਰਬਾਦ ਕਰ ਜਾਈਏ, ਉਹ ਕਹਿੰਦੇ ਹੁੰਦੇ ਸੀਗੇ ਕਿ ਇਹ ਬੇਸਵਾ ਦੀ ਕਮਾਈ ਦੇ ਤੁੱਲ ਹੁੰਦਾ ਹੈ ਆਪਦੀ ਕਮਾਈ ਨੂੰ ਖਰਾਬ ਕਰਨਾ। ਗੁਰੂ ਦਇਆ ਕਰਕੇ ਵੀ ਦੇਖਦਾ ਹੈ ਕਿ ਮੈਂ ਇਸ ਨੂੰ ਕਿਉਂ ਫਜ਼ੂਲ ਧਨ ਦਿੱਤਾ। ਇੱਕ ਦੁਨਿਆਵੀ ਪਿਤਾ ਵੀ ਆਪਦੇ ਬੱਚੇ ਵਾਸਤੇ ਸੋਚਦਾ ਹੈ ਅਗਰ ਉਹ ਜੂਏ 'ਚ ਸ਼ਰਾਬਾਂ ਕਬਾਬਾਂ 'ਚ ਉਹ ਧਨ ਬਰਬਾਦ ਕਰਦਾ ਹੈ। ਅਗਰ ਬੱਚਾ ਕਹੇਕਾਰ ਹੈ, ਸਮਝਦਾਰ ਹੈ, ਪਿਤਾ ਦੀ ਦਿੱਤੀ ਹੋਈ ਪੂੰਜੀ ਨੂੰ ਵਧਾਉਂਦਾ ਹੈ, ਸਾਂਭਦਾ ਹੈ, ਇੱਜ਼ਤ ਕਰਦਾ ਹੈ, ਤਾਂ ਪਿਤਾ ਆਪਣਾ ਕਮਾਇਆ ਹੋਇਆ ਧਨ ਵੀ ਉਸ ਦੇ ਹਵਾਲੇ ਕਰ ਜਾਂਦਾ ਹੈ। ਇਸੇ ਤਰ੍ਹਾਂ ਅਗਰ ਅਸੀਂ ਸੰਤ ਸਤਿਗੁਰੂਆਂ ਦਾ ਕਹਿਣਾ ਮੰਨ ਕੇ ਸ਼ਬਦ ਨਾਮ ਦੀ ਕਮਾਈ ਕਰਦੇ ਹਾਂ, ਉਹ ਦਿਆਲੂ ਹੁੰਦੇ ਹੈ, ਉਹ ਦੇਣ ਵਾਸਤੇ ਆਉਂਦੇ ਹੈ, ਉਹ ਆਪਣੀ ਕਮਾਈ ਆਪਣੀਆਂ ਬਰਕਤਾਂ ਲੈ ਕੇ ਵੀ ਸਾਡੇ ਅੰਦਰ ਬੈਠ ਜਾਂਦੇ ਹੈ। ਸੋ ਉਹਨਾਂ ਦੀ ਕੀ ਮਹਿਮਾ ਕਰਾਂ, ਕੀ ਮੈਂ ਬਿਆਨ ਕਰਾਂ, ਜਵਾਨ ਬਿਆਨ ਨਹੀਂ ਕਰ ਸਕਦੀ ਗੀ, ਜਵਾਨ ਨੂੰ ਤਾਕਤ ਨਹੀਂ। ਸੱਚਾ ਧੰਨਵਾਦ ਮੈਂ ਸਦਾ ਦੱਸਦਾ ਹੁੰਦਾ, ਉਹ ਅੰਦਰ ਜਾ ਕੇ ਜਦੋਂ ਅਸੀਂ ਮਨ ਇੰਦਰੀਆਂ ਦੇ ਕਾਰਡ ਤੋਂ ਉੱਪਰ ਉੱਠ ਜਾਂਦੇ ਹਾਂ, ਮਨ ਦੇ ਪੰਜੇ ਤੋਂ ਆਤਮਾ ਨੂੰ ਆਜ਼ਾਦ ਕਰ ਲੈਂਦੇ ਹਾਂ, ਫਿਰ ਹੀ ਅਸੀਂ ਕਰ ਸਕਦੇ ਹਾਂ। ਬਾਹਰ ਤਾਂ ਕਦੇ 2 ਦਿਨ ਧੰਨਵਾਦ ਕਰ ਲਿਆ, ਕਦੇ 4 ਦਿਨ ਹਟ ਗਏ, ਕਦੇ ਮਨ ਦੇ ਗੁਲਾਮ ਹੋਏ, ਕਦੇ ਇੰਦਰੀਆਂ ਦੇ ਗੁਲਾਮ ਹੋਏ,
ਲੇਕਿਨ ਸੱਚਾ ਧੰਨਵਾਦ ਅੰਦਰ ਜਾ ਕੇ ਹੀ ਹੈ। ਅਗਰ ਅੰਦਰ ਜਾ ਕੇ ਇੱਕ ਦਫ਼ਾ ਸਿਰ ਝੁਕਾ ਦੇਈਏ, ਚਾਹੇ ਸਾਰੀ ਦੁਨੀਆ ਸਾਡੇ ਖਿਲਾਫ ਹੋ ਜਾਵੇ, ਸਿਰ ਜਿੱਥੇ ਝੁਕ ਗਿਆ ਉੱਥੇ ਝੁਕਿਆ ਰਹੇਗਾ, ਉਹਦੀ ਯਾਦ ਸਾਸ ਸਾਸ ਬਣੀ ਰਹੇਗੀ, ਉਹਦੀ ਯਾਦ ਨਾ ਸੁੱਤਿਆਂ ਭੁੱਲੇ ਨਾ ਜਾਗਦਿਆਂ ਭੁੱਲੇ। ਸੋ ਤੁਹਾਡੇ ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ, ਬੜਾ ਇੱਕ ਬਿਰੇ ਪਰਾ ਹੈ। ਸੰਤਾਂ ਦੀ ਜ਼ਿੰਦਗੀ ਹੀ ਤੜਫ ਔਰ ਬਿਰੇ ਦੀ ਹੁੰਦੀ ਹੈ। ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀਗੇ ਕਿ ਬੇਸ਼ੱਕ ਨਾਮ ਜਪਣਾ ਮੁਸ਼ਕਲ ਹੈ, ਮਨ ਦੇ ਕਹੇ ਲੱਗਦੇ ਹੈ, ਪਰ ਸੰਤਾਂ ਦੀ ਸ਼ਰਨ ਪ੍ਰਾਪਤ ਕਰਨੀ ਤੋਂ ਮੁਸ਼ਕਲ ਨਹੀਂ। ਉਹ ਕਹਿੰਦੇ ਹੁੰਦੇ ਸੀ ਤੁਸੀਂ ਕਮਾਈ ਵਾਲੇ ਦੀ ਸ਼ਰਨ ਵਿੱਚ ਜਾਓ, ਜਿਹੜਾ ਚਿਰ ਬੈਠੋਗੇ ਉਹ ਤਾਂ ਤੁਹਾਡੇ ਲੇਖੇ 'ਚ ਹੈ। ਫਿਰ ਉਹ ਕਹਿੰਦੇ ਹੁੰਦੇ ਸੰਤਾਂ ਨੂੰ ਸਾਡੇ ਪਿਆਰ ਦੀ ਕੋਈ ਭੁੱਖ ਨਹੀਂ ਹੁੰਦੀ, ਕੋਈ ਲੋੜ ਨਹੀਂ ਹੁੰਦੀ, ਉਹ ਤਾਂ ਆਪ ਆਪਣੇ ਗੁਰੂ ਦੇਵ ਦੇ ਪਿਆਰ ਦੇ ਵਿੱਚ ਮਸਤ ਹੁੰਦੇ ਹੈ, ਉਹਦੇ ਵਿੱਚ ਭੁੱਲੇ ਬੈਠੇ ਹੁੰਦੇ ਹੈ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਉਸ ਵਕਤ ਦਾ ਲਿਖਿਆ ਹੈ ਕਿ ਜਦ ਉਹਨਾਂ ਦੇ ਦੋ ਭਰਾ ਹੋਰ ਵੀ ਸਨ, ਮਹਾਦੇਵ ਪਿਰਥੀਆ ਸੀ, ਉਹਨਾਂ ਦੇ ਤਾਏ ਦੇ ਘਰ ਅੰਦਰ ਲਾਹੌਰ ਵਿੱਚ ਸ਼ਾਦੀ ਦਾ ਪ੍ਰੋਗਰਾਮ ਸੀ। ਅਸੀਂ ਦੁਨੀਆਦਾਰ ਇਹੋ ਜਿਹੇ ਮੌਕਿਆਂ ਦੇ ਉੱਤੇ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਹਿੰਦੁਸਤਾਨ ਦੇ ਇਕੱਠੇ ਕਰਦੇ ਹਾਂ। ਉਹਨਾਂ ਦਾ ਭਾਈ ਵੀ ਗੁਰੂ ਰਾਮਦਾਸ ਦਾ ਸਿਹਾਰੀ ਮੱਲ ਉਹਨਾਂ ਨੂੰ ਨਿਮੰਤਰਣ ਦੇਣ ਵਾਸਤੇ ਆਇਆ ਕਿ ਸਾਡੇ ਸ਼ਾਦੀ ਹੈ, ਤੁਹਾਡਾ ਉੱਥੇ ਹਾਜ਼ਰ ਹੋਣਾ ਬੜਾ ਜ਼ਰੂਰੀ ਹੈ। ਉਹ ਕਹਿੰਦੇ ਤੁਹਾਨੂੰ ਪਤਾ ਹੈ ਅਗਰ ਮੈਂ ਆਊਂ ਤਾਂ ਮਗਰ ਸੰਗਤ ਵੀ ਆਏਗੀ, ਸੰਗਤ ਦਾ ਇੰਤਜ਼ਾਮ ਕਰਨਾ ਬੜਾ ਮੁਸ਼ਕਲ ਹੋਏਗਾ। ਅਸੀਂ ਲੜਕੇ ਨੂੰ ਭੇਜ ਦਿੰਦੇ ਹੈ। ਹੁਣ ਬੜਾ ਪਿਰਥੀ ਚੰਦ ਸੀ, ਪਿਰਥੀ ਚੰਦ ਜੋ ਸੀ ਉਹ ਸਾਰੇ ਘਰ ਦਾ ਸੰਗਤ ਦਾ ਕਾਰਕੁਨ ਸੀਗਾ, ਲੰਗਰ ਵਗੈਰਾ ਦੀ ਸੇਵਾ ਉਹੀ ਕਰਦਾ ਸੀਗਾ। ਕਿਉਂਕਿ ਸਾਨੂੰ ਜੇ ਦੋ ਆਦਮੀ ਦੋ ਪ੍ਰੇਮੀ ਮੱਥਾ ਟੇਕਣ ਲੱਗ ਜਾਣ, ਵਾਹ 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 ਕਰਨ ਲੱਗ ਜਾਣ, ਤਾਂ ਅਸੀਂ ਜ਼ਮੀਨ ਦੇ ਉੱਤੇ ਤੁਰਨਾ ਭੁੱਲ ਜਾਂਦੇ ਹੈ। ਸਾਨੂੰ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਅਸੀਂ ਪਤਾ ਨਹੀਂ ਹੈ ਕੁਛ ਜਿਹੜੇ ਲੋਕ ਸਾਡੀ ਮਹਿਮਾ ਕਰਦੇ ਆ। ਹਾਲਾਂਕਿ ਇਹ ਇੱਕ ਕਾਲ ਦੀ ਚਾਲ ਹੁੰਦੀ ਹੈ, ਇਹ ਵੀ ਇੱਕ ਕਾਲ ਦਾ ਧੋਖਾ ਹੁੰਦਾ ਹੈ ਕਿ ਪੰਜ ਚਾਰ ਬੰਦਿਆਂ ਨੂੰ ਸਿਫਤ ਕਰਨ ਲਾ ਦੇਣਾ ਤਾਂ ਕਿ ਇਹ ਤਰੱਕੀ ਨਾ ਕਰ ਸਕੇ। ਸੋ ਇਸੇ ਤਰ੍ਹਾਂ ਪਿਰਥੀ ਚੰਦ ਕਹਿਣ ਲੱਗਿਆ ਦੇਖੋ ਜੀ ਮੈਂ ਚਲਿਆ ਤਾਂ ਜਾਵਾਂ, ਮੇਰੇ ਪਿੱਛੋਂ ਸੰਗਤ ਦਾ ਇੰਤਜ਼ਾਮ ਕੌਣ ਕਰੇਗਾ, ਲੰਗਰ ਨੂੰ ਕੌਣ ਸੰਭਾਲੇਗਾ। ਉਹ ਕਹਿਣ ਲੱਗੇ ਕੋਈ ਨਹੀਂ, ਗੁਰੂ ਦਾ ਕੰਮ ਤੇ ਗੁਰੂ ਨੇ ਕਰਨਾ ਹੁੰਦਾ ਹੈ। ਹੁਣ ਜੇ ਅਸੀਂ ਅੰਦਰ ਜਾਈਏ ਤਾਂ ਇਹ ਦੇਖੀਏ ਕਿ ਵਾਕਿਆ ਹੀ ਗੁਰੂ ਕਰਦਾ ਹੈ, ਤਾਣੇ ਪੇਟੇ ਵਿੱਚ ਉਹੀ ਹੈ। ਲੇਕਿਨ ਜਦ ਅਸੀਂ ਬਾਹਰ ਬੈਠੇ ਹਾਂ ਉਸ ਨੂੰ ਇੱਕ ਇਨਸਾਨ ਸਮਝਦੇ ਹਾਂ, ਤਾਂ ਕਿਸ ਤਰ੍ਹਾਂ ਅਸੀਂ ਇਹ ਇਤਵਾਰ ਕਰ ਸਕਦੇ ਹਾਂ ਕਿ ਇਹ ਸਾਰਾ ਕੰਮ ਕਰਦਾ ਹੈ। ਲੇਕਿਨ ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲੀਆਂ ਹਨ ਉਹ ਇਹ ਕਹਿੰਦੇ ਆ ਆਪ ਹੀ ਸੰਗਤ ਨੂੰ ਸੱਦਾ ਹੈ, ਗੁਰੂ ਨਾਨਕ ਕਹਿੰਦੇ ਆਪ ਹੀ ਵਿਦਾ ਕਰਦਾ ਹੈ, ਆਪ ਹੀ ਭਾਂਡੇ ਪਰੋਸਦਾ ਹੈ, ਆਪ ਹੀ ਬਹਿ ਕੇ ਖਾਂਦਾ ਹੈ, ਆਪ ਹੀ ਇਹ ਕਹਿੰਦਾ ਹੈ ਕਿ ਭੰਡਾਰੇ ਨੂੰ ਭਰਪੂਰ ਰੱਖੀ, ਸੇਵਾਦਾਰਾਂ ਨੂੰ ਉਹ ਸੀਸਾਂ ਦੇ ਕੇ ਵੀ ਜਾਂਦਾ ਹੈ।
ਆਪੇ ਸੰਗਤ ਸਦ ਬਹਾਲਾ, ਆਪੇ ਵਿਦਾ ਕਰਾਵਾ, ਆਪੇ ਜਲ ਆਪੇ ਦੇ ਛਿੰਗਾ, ਆਪੇ ਚੁਲੀ ਕਰਾਵਾ, ਆਪੇ ਬੈਠ ਪਰੋਸਾ ਭਾਂਡੇ, ਆਪੇ ਹੀ ਬਹਿ ਖਾਵਾ। ਉਹ ਸਾਰਾ ਤਾਣੇ 'ਚ ਵੀ ਹੋ, ਪੇਟੇ 'ਚ ਵੀ ਹੋ, ਲੇਕਿਨ ਪਿਰਥੀਏ ਨੂੰ ਮਾਨ ਵਡਿਆਈ ਦੇ ਨਸ਼ੇ ਵਿੱਚ ਇਸ ਗੱਲ ਦਾ ਗਿਆਨ ਨਹੀਂ ਸੀਗਾ। ਕਾਫੀ ਸਮਝਾਇਆ, ਫਿਰ ਦੂਸਰੇ ਲੜਕੇ ਦੀ ਤਰਫ ਮਹਾਦੇਵ ਨੂੰ ਕਿਹਾ, ਉਹ ਮਸਤ ਅਵਸਥਾ ਦੇ ਵਿੱਚ ਸੀ, ਉਸਨੇ ਉਹਨਾਂ ਦੀ ਪਿਤਾ ਦੀ ਗੱਲ ਕਰਨੀ, ਕੋਈ ਧਿਆਨ ਜਾਂ ਤਵੱਜੋ ਨਹੀਂ ਦਿੱਤੀ। ਸਾਰਿਆਂ ਤੋਂ ਛੋਟਾ ਅਰਜਨ ਦੇਵ ਸੀਗਾ, ਉਹਦੇ ਕਨੀ ਇਸ਼ਾਰਾ ਕੀਤਾ, ਉਹ ਆਗਿਆਕਾਰ ਸੀ, ਉਹਨਾਂ ਨੇ ਸਿਰ ਨਵਾਤਾ ਕਿ ਜੋ ਹੁਕਮ। ਹੁਣ ਸੰਤ ਮਤ ਦਾ ਕਾਇਦਾ ਹੈ ਕਿ ਹੁਕਮ ਦਾ ਮੰਨਣਾ। ਮੈਂ ਆਰਮੀ ਦੀ ਘਟਨਾ ਦੱਸਦਾ ਹੁੰਦਾ ਕਿ ਮੈਨੂੰ ਕਿਸ ਤਰ੍ਹਾਂ ਹੁਕਮ ਮੰਨਣ ਦੀ ਆਦਤ ਪਈ। ਆਰਮੀ ਦਾ ਇਹ ਕਾਨੂੰਨ ਹੁੰਦਾ ਕਿ ਜੋ ਤੁਹਾਨੂੰ ਇਹ ਹੁਕਮ ਮਿਲ ਜੇ ਕਿ ਖਾਣਾ ਤਿਆਰ ਕਰਨਾ ਹੈ ਤਾਂ ਰਿਪੋਰਟ ਬਾਅਦ ਮੇ ਆ ਕੇ ਕਰੋ ਕਿ ਆਟਾ ਕਿੱਥੋਂ ਲੈਣਾ, ਲੱਕੜਾਂ ਕਿੱਥੋਂ ਲੈਣੀਆਂ, ਪਕਾਉਣੀਆਂ ਕਿੱਥੇ ਹੈ, ਪਹਿਲਾਂ ਖਾਣਾ ਤਿਆਰ ਲਿਆਓ ਕਰਕੇ। ਜਿਨ੍ਹਾਂ ਨੂੰ ਭਰੋਸਾ ਹੁੰਦਾ ਹੈ ਹੁਕਮ ਦੇਣ ਵਾਲੇ, ਤਾਂ ਉਹਨਾਂ ਨੂੰ ਪਤਾ ਅੱਗੇ ਖਾਣਾ ਤਿਆਰ ਕਰਨ ਨੂੰ ਆਟਾ ਮਿਲੇਗਾ, ਲੱਕੜਾਂ ਮਿਲਣਗੀਆਂ, ਚੁੱਲ੍ਹੇ ਵਾਲਾ ਥਾਂ ਜੋ ਹੈ, ਲੰਗਰ ਵਗੈਰਾ, ਉਹ ਵੀ ਤਿਆਰ ਹੋਏਗਾ। ਉਹ ਸਿਰਫ ਜਾਣ ਜਾਂਦਾ ਹੀ ਹੈ, ਸਾਰਾ ਸਮਾਨ ਉਹਨੂੰ ਮਿਲਦਾ ਹੈ, ਲੇਕਿਨ ਬਹੁਤ ਦਫ਼ਾ ਮਨ ਅੜੀ ਕਰਦਾ ਹੈ, ਸਭ ਕੁਛ ਉੱਥੇ ਸਵਾਲ ਕਰਨੇ ਸ਼ੁਰੂ ਕਰਦਾ ਹੈ। ਇਸੇ ਤਰ੍ਹਾਂ ਸੰਤ ਕਹਿੰਦੇ ਆ ਕਿ ਨਾਮ ਜਪ ਕੇ ਅੰਦਰ ਚੱਲੋ, ਸੱਚਾਈ ਨੂੰ ਅੱਖਾਂ ਨਾਲ ਖੁਦ ਦੇਖੋ। ਮੈਂ ਦੱਸਦਾ ਹੁੰਦਾ ਕਿ ਕੋਈ ਵੀ ਸੰਤ ਸਾਨੂੰ ਅੰਧ ਵਿਸ਼ਵਾਸ ਦੇਣ ਵਾਸਤੇ ਨਹੀਂ ਆਉਂਦਾ ਗਾ, ਨਾ ਉਹ ਅੰਧ ਵਿਸ਼ਵਾਸ 'ਤੇ ਖੁਦ ਖੜਾ ਹੁੰਦਾ ਹੈ। ਅਗਰ ਜੋ ਅੰਧ ਵਿਸ਼ਵਾਸ 'ਤੇ ਖੜਾ ਹੈ ਉਹ ਸਾਡਾ ਵੀ ਕੀ ਵਿਚਾਰਾ ਕਰੇਗਾ ਅਤੇ ਉਹ ਹੋਰ ਦਾ ਕਿਸੇ ਦਾ ਕੀ ਸਵਾਰੇਗਾ। ਗੁਰੂ ਨਾਨਕ ਨੇ ਕਿਹਾ ਸੀ, ਗੁਰੂ ਜਿਨ੍ਹਾਂ ਦਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਣ, ਉਹ ਚੱਲਣ ਭਾਣੇ ਆਪਣੇ, ਨਿਤ ਝੂਠੋ ਝੂਠ ਬਲੇਨ। ਉਹਨਾਂ ਦੇ ਸ਼ਿਸ਼ ਵੀ ਝੂਠੇ, ਉਹ ਗੁਰੂ ਵੀ ਝੂਠੇ। ਨਹੀਂ, ਸੰਤ ਸਤਿਗੁਰ ਪਰਮਾਤਮਾ ਤੱਕ ਪਹੁੰਚਣ ਦੇ ਸਾਰੇ ਰਸਤੇ ਦੇ ਵਾਕਫ ਹੁੰਦੇ ਹੈ। ਉਹ ਸਾਡੇ ਅੰਦਰ ਛੋਟਾ ਜਿਹਾ ਸਾਡੇ ਕਰਮਾਂ ਮੁਤਾਬਕ ਨਾਮ ਦਾ ਦੀਵਾ ਜਾਲ ਕੇ ਰੱਖਦੇ ਹੈ, ਉਸ ਆਵਾਜ਼ ਦਾ ਅਨੁਭਵ ਦਿੰਦੇ ਹੈ। ਅੱਗੇ ਵਧਾਉਣਾ ਸਾਡਾ ਕਰਮ ਹੈ, ਸਾਡਾ ਫਰਜ਼ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਸੇਵਕ ਦੇ ਜੁੰਮੇ ਉਹੀ ਡਿਊਟੀ ਲਾਈ ਹੈ ਜੋ ਇਹ ਕਰ ਸਕਦਾ ਹੈ, ਅੱਗੇ ਗੁਰੂ ਦਾ ਕੰਮ ਹੈ। ਇਸ ਵਾਸਤੇ ਜਦ ਉਹਨੂੰ ਸਾਥ ਨੇ ਇਹ ਵੀ ਸ਼ਰਤ ਲਾਤੀ ਕਿ ਦੇਖ ਵੀ ਪਿਆਰਿਆ, ਸਾਡੇ ਬਿਨਾਂ ਬੁਲਾਇਆ ਤੂੰ ਆਉਣਾ ਨਹੀਂ ਗਾ। ਹੁਣ ਤੁਹਾਨੂੰ ਪਤਾ ਹੈ ਕਿ ਜਿਸ ਦਾ ਇਤਨਾ ਪਿਆਰ ਹੋਵੇ, ਜਿਸ ਲੜਕੀ ਦਾ ਵੀ ਆਪਦੇ ਪਤੀ ਨਾਲ ਪਿਆਰ ਹੋ ਜਾਂਦਾ ਹੈ, ਉਹ ਰਾਤ ਵੀ ਪੇਕਿਆਂ ਦੇ ਘਰੇ ਰਹਿ ਕੇ ਖੁਸ਼ ਨਹੀਂ ਹੁੰਦੀ। ਉਹਦਾ ਜਿਹੜਾ ਮਨ ਹੈ, ਦਿਲ ਹੈ, ਉਹ ਪਤੀ ਦੇ ਚਰਨਾਂ ਵਿੱਚ ਲੱਗਿਆ ਰਹਿੰਦਾ ਹੈ, ਆਪਣੇ ਕਾਰੋਬਾਰ 'ਚ ਹੀ ਖੁੜਕਦਾ ਰਹਿੰਦਾ ਹੈ ਦਿਲ ਕਿ ਮੇਰਾ ਇਹ ਕਾਰੋਬਾਰ ਹੈ, ਮੇਰੇ ਪਤੀ ਨੂੰ ਖਾਣਾ ਕੌਣ ਦੇਵੇਗਾ। ਇਸੇ ਤਰ੍ਹਾਂ ਜੇ ਸ਼ਿਸ਼ ਦੇ ਅੰਦਰ ਸੱਚੀ ਬਿਰੇ, ਸੱਚੀ ਤੜਫ ਹੈ ਕਿ ਉਹ ਗੁਰੂ ਦੇ ਦਰਸ਼ਨਾਂ ਬਗੈਰ ਰਹਿ ਸਕਦਾ ਹੈ, ਅਸੀਂ ਸੋਚ ਵੀ ਨਹੀਂ ਸਕਦੇ ਗੇ। ਤਾਂ ਉਹਨਾਂ ਨੂੰ
ਇਹ ਕਹਿ ਦਿੱਤਾ ਜਾਵੇ ਕਿ ਵੀ ਤੁਸੀਂ ਜਦ ਬੁਲਾਈਏ ਉਦੋਂ ਆਉਣਾ ਹੈ। ਐਸੀ ਘਟਨਾ ਜਦ ਉਹ ਪਰਮਾਤਮਾ ਕਿਰਪਾਲ ਮੈਨੂੰ ਮਿਲਿਆ, ਮੇਰੇ ਨਾਲ ਵੀ ਇਹ ਗੁਜਰੀ ਹੈ। ਉਹਨਾਂ ਨੇ ਇਸੇ ਜਗ੍ਹਾ 'ਚ ਜਦ ਗੁਫਾ ਬਣਾਉਣ ਦਾ ਹੁਕਮ ਦਿੱਤਾ, ਉਹਨਾਂ ਨੇ ਇਹ ਕਿਹਾ ਕਿ ਦੇਖ ਬਈ ਤੈਨੂੰ ਉੱਥੇ ਆਉਣ ਦੀ ਜ਼ਰੂਰਤ ਨਹੀਂ, ਮੈਂ ਖੁਦ ਆਊਂਗਾ। ਇਹ ਉਹਨਾਂ ਦੀ ਦਇਆ ਸੀ ਖਾਸ ਕਿ ਉਹ ਖੁਦ ਮੇਰੇ ਪਾਸ ਆਉਂਦੇ ਰਹੇ। ਜਿਹੜਾ ਹੁਕਮ ਦਿੰਦਾ ਹੈ ਉਹ ਪਿੱਛੇ ਪੈਰਵੀ ਵੀ ਕਰਦਾ, ਹੱਥ ਵੀ ਰੱਖਦਾ ਹੈ। ਇਹ ਨਹੀਂ ਕਿ ਉਹ ਆਉਂਦੇ ਨਹੀਂ ਸਨ, ਉਹ ਆਉਂਦੇ ਰਹੇ। ਉਹ ਵਕਤ ਇੱਕ ਐਸਾ ਸੀ ਕਿਉਂਕਿ ਉਹਨਾਂ ਦੇ ਪਾਸ ਬੜੇ 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 ਹਸਤੀਆਂ, ਹਿੰਦੁਸਤਾਨ ਦੀਆਂ ਹੁਕਮਰਾਨ ਆਉਂਦੀਆਂ ਸਨ, ਬਾਹਰੋਂ ਵੀ ਆਉਂਦੀਆਂ ਸਨ। ਹਰ ਆਦਮੀ ਚਾਹੁੰਦਾ ਸੀ ਕਿ ਮੇਰੀ ਇਹਨਾਂ ਦੇ ਨਾਲ ਪਿਕਚਰ ਉਤਰੇ, ਕਿਉਂਕਿ ਸਾਡੇ ਅੰਦਰ ਇਹ ਬੜਾ ਕੁਛ ਛੁਪਿਆ ਹੁੰਦਾ ਹੈ। ਉਸ ਵਕਤ ਗੁਰੂ ਤੋਂ ਦੂਰ ਰਹਿਣਾ ਇਹ ਉਹਨਾਂ ਦੀ ਦਇਆ ਹੀ ਸੀਗੀ। ਉਹ ਕਹਿੰਦੇ ਦੇਖ ਬਈ ਮੈਂ ਹੀ ਆਊਂ ਤੇਰੇ ਕੋਲ, ਤੂੰ ਨਹੀਂ ਆਉਣਾ। ਜਦ ਮਾਨਵ ਏਕਤਾ ਸੰਮੇਲਨ ਹੋਇਆ, ਉੱਥੋਂ ਖਾਸ ਕੁਛ ਪ੍ਰੇਮੀ ਲੋਕ ਆਏ ਮੈਨੂੰ ਲੈਣ ਵਾਸਤੇ ਕਿ ਤੁਹਾਡਾ ਉੱਥੇ ਜਾਣਾ ਬਹੁਤ ਜ਼ਰੂਰੀ ਹੈ। ਮੈਂ ਕਿਹਾ ਜਿਸ ਦੇ ਕੋਲੇ ਜਾਣਾ ਹੈ ਉਹਨੇ ਤਾਂ ਮੇਰੀ ਇਹ ਡਿਊਟੀ ਲਾਈ ਹੈ। ਸਰਦਾਰ ਰਤਨ ਸਿੰਘ ਨੇ ਮੈਨੂੰ ਕਿਹਾ ਕਿ ਤੁਸੀਂ ਅਜੀਤ ਸਿੰਘ ਨੂੰ ਲੈ ਕੇ ਚਲੇ ਜਾਓ। ਹੁਣ ਕਿਸੇ ਨੂੰ ਕੀ ਪਤਾ ਹੈ ਕਿ ਇਹਦੇ ਦਿਲ 'ਚ ਕੀ ਹੈ ਔਰ ਇਹਦੇ ਗੁਰੂ ਨੇ ਇਹਦੇ ਵਾਸਤੇ ਕੀ ਕਿਹਾ ਹੈ। ਜਦ ਉਹਨਾਂ ਦਾ ਜੋ ਕੁਛ ਕਿਹਾ ਉਹ ਪੂਰਾ ਹੋਣ ਲੱਗਿਆ, ਤਾਂ ਜਿਹੜੇ ਲੋਕ ਉਹਨੂੰ ਸਮਝ ਹੀ ਨਹੀਂ ਸਕੇ ਕਿ ਉਹ ਪਰਮਾਤਮਾ ਕਿਰਪਾਲ ਕੀ ਸੀ, ਉਹ ਕੀ ਦੇਣ ਵਾਸਤੇ ਆਇਆ ਸੀ, ਉਹ ਕਿਸ ਤਰ੍ਹਾਂ ਸਾਵਣ 'ਤੇ ਮਸਤ ਸੀਗਾ, ਉਹ ਕਿਉਂ ਮਸਤ ਸੀਗਾ ਬਈ, ਉਹਨੇ ਕਿਉਂ ਗੁਰੂ 'ਤੇ ਸਾਰਾ ਕੁਛ ਵਾਰਿਆ। ਉਹਨੂੰ ਗੁਰੂ ਦਾ ਗਿਆਨ ਸੀ, ਉਹ ਗੁਰੂ ਦੇ ਵਿੱਚ ਮਿਲ ਕੇ ਇੱਕ ਹੋ ਚੁੱਕਿਆ ਸੀਗਾ। ਇਸ ਵਾਸਤੇ ਉਹ ਜਦ ਬਹੁਤ ਪ੍ਰੇਮੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਦੇਖਿਆ ਕਿ ਜਦ ਆਪਣੇ ਗੁਰੂ ਦੇਵ ਦੀ ਕਿਤੇ ਗੱਲ ਛੇੜਦੇ ਸਨ, ਉਹਨਾਂ ਦੀ ਅੱਖ 'ਚ ਪਾਣੀ ਹੁੰਦਾ ਸੀਗਾ। ਸੋ ਇਸ ਵਾਸਤੇ ਫਿਰ ਕਹਿਣ ਲੱਗੇ ਕਿ ਦੇਖੋ ਬਈ ਉਹਨਾਂ ਦਿਨਾਂ 'ਚ ਤਾਂ ਮਹਾਰਾਜ ਬਿਮਾਰ ਸਨ, ਉੱਥੇ ਗਏ ਹੀ ਨਹੀਂ। ਅਸੀਂ ਅੱਗੇ ਡਰਾਈਵਰ ਤੋਂ ਪੁੱਛਿਆ ਹੋਇਆ ਮਹਾਰਾਜ ਦੇ ਇੱਥੋਂ, ਹੁਣ ਸਾਨੂੰ ਇਹੋ ਜਿਹੇ ਸਬੂਤਾਂ ਦੀ ਕੀ ਲੋੜ ਸੀ। ਮੈਂ ਆਖਿਆ ਬਈ ਸਾਨੂੰ ਇਹੋ ਜਿਹਾ ਗੁਰੂ ਤਾਂ ਮਿਲਿਆ ਹੀ ਨਹੀਂਗਾ ਜਿਹੜਾ ਡਰਾਈਵਰ ਦੀ ਮਦਦ ਨਾਲ ਕਿਤੇ ਜਾਵੇ। ਗੁਰੂ ਉਹ ਮਿਲਿਆ ਹੈ ਜਿਹੜਾ ਆਪ ਹੀ ਸਾਰਾ ਕੁਛ ਹੈ, ਜਿਹਦਾ ਐਰੋਪਲੈਨ ਵੀ ਉਹ ਹੈ ਜਿਹੜਾ ਨਾ ਹਵਾ ਨਾਲ ਚੱਲਦਾ, ਨਾ ਭਾਫ ਨਾਲ ਚੱਲਦਾ, ਨਾ ਤੇਲ ਨਾਲ ਚੱਲਦਾ ਹੈ, ਉਹ ਸ਼ਬਦ ਦਾ ਹੈ, ਨਾਮ ਦਾ ਹੈ। ਜੋ ਮੈਂ ਕਿ ਇਹ ਕਹਿੰਦੇ ਆ ਕਿ ਗੁਰੂ ਮਰ ਗਿਆ ਹੈ, ਉਹਨਾਂ ਨੂੰ ਕੋਰਟ 'ਚ ਖੜੇ ਕਰੋ ਵੀ ਇਹੋ ਜਿਹਾ ਗੁਰੂ ਕਿਉਂ ਧਾਰਨ ਕੀਤਾ। ਗੁਰੂ ਜੰਮਣ ਮਰਨ 'ਚ ਨਹੀਂ ਆਉਂਦਾ ਗਾ। ਗੁਰੂ ਨਾਨਕ ਨੇ ਕਿਹਾ ਸਤਿਗੁਰੂ ਮੇਰਾ ਸਦਾ ਸਦਾ ਨਾ ਆਵਾ ਨਾ ਜਾਏ, ਉਹ ਅਵਿਨਾਸ਼ੀ ਪੁਰਸ਼ ਹੈ ਹਰ ਜਾ ਰਹੇ ਸਮਾਏ। ਉਹ ਅਵਿਨਾਸ਼ੀ ਹੈ, ਪਰ ਕਬੀਰ ਸਾਹਿਬ ਕਹਿੰਦੇ ਆ ਗੁਰੂ ਕਰਿਆ ਹੈ ਦੇਹ ਕਾ,
ਸਤਿਗੁਰੂ ਜੀ ਨਾ ਨਾਹੇ ਲੱਖ 84 ਧਾਰ ਮੈਂ ਫਿਰ ਫਿਰ ਗੋਤੇ ਖਾਏ। ਅਸੀਂ ਦੇਹ ਨੂੰ ਪਕੜ ਕੇ ਸੰਤਾਂ ਦੀ ਬੈਠ ਜਾਂਦੇ ਹਾਂ, ਆਪਣੀ ਦੇਹ ਨੂੰ ਪਕੜ ਕੇ ਬੈਠੇ ਹੋਏ ਹਾਂ। ਪਹਿਲਾਂ ਆਪਣੀ ਦੇਹ ਤੋਂ ਛੁਟਕਾਰਾ ਕਰੋ। ਜਦੋਂ ਅਸੀਂ ਸਿਮਰਨ ਦੇ ਜ਼ਰੀਏ ਫੈਲੇ ਖਿਆਲ ਨੂੰ ਅੱਖਾਂ ਦੇ ਪਿੱਛੇ ਲਿਆਉਂਦੇ ਹਾਂ, ਮਨ ਇੰਦਰੀਆਂ ਦੇ ਕਾਟ ਤੋਂ ਉੱਪਰ ਜਾਵਾਂਗੇ ਤਾਂ ਆਪਣੀ ਦੇਹ ਤੋਂ ਛੁਟਕਾਰਾ ਹੋ ਗਿਆ। ਚਾਹ ਸੂਰਜ ਚੰਦਰਮਾ ਸਿਤਾਰੇ ਲੰਘ ਕੇ ਗੁਰੂ ਸਰੂਪ ਨੂੰ ਪ੍ਰਗਟ ਕਰ ਲੈਂਦੇ ਹੈ ਤਾਂ ਸਾਡਾ ਗੁਰੂ ਦੀ ਬਾਡੀ ਨਾਲ ਵਰਾਏ ਨਾਮ ਹੀ ਸ਼ੁਕਰਾਨਾ ਰਹਿ ਜਾਂਦਾ ਹੈ ਕਿ ਤਨ ਹੈ ਇਸ ਬਾਡੀ ਵਿੱਚ, ਇਹ ਮਹਾਨ ਆਤਮਾ ਆਈ ਜਿਹਨੇ ਮੇਰੀ ਆਤਮਾ ਤੇ ਰਹਿਮ ਕੀਤੀ ਹੈ। ਉਸ ਨੂੰ ਪਤਾ ਹੈ ਕਿ ਸਤਿਗੁਰੂ ਕਿਸ ਬਲਾ ਦਾ ਨਾਂ ਹੈ, ਕਿਸ ਤਾਕਤ ਦਾ ਨਾਂ ਹੈ। ਸੋ ਇਸ ਵਾਸਤੇ ਇਹੀ ਹਾਲਤ ਜੋ ਮੈਂ ਆਪਣੀ ਦੱਸੀ ਹੈ, ਗੁਰੂ ਅਰਜਨ ਦੇਵ ਦੇ ਨਾਲ ਵੀ ਐਸੀ ਗੁਜਰੀ ਸੀਗੀ। ਉਹਨਾਂ ਨੇ ਕਿਹਾ ਇੱਕ ਘੜੀ ਨਾ ਮਿਲਤੇ ਤੇ ਕਲਯੁਗ ਹੋਤਾ। ਐਡੇ ਐਡੇ ਲੰਮੇ ਵਿਛੋੜੇ ਤੁਸੀਂ ਕਹੋਗੇ ਕਿ ਸੰਤਾਂ ਨੇ ਬਿਆਨ ਕੀਤੇ ਹੈ ਕਲਯੁਗ ਦੀ ਉਮਰ ਵੇਦਾਂ ਸ਼ਾਸਤਰਾਂ ਪੁਰਾਣਾਂ ਦੇ ਅੰਦਰ 432,000 ਦੀ ਲਿਖੀ ਹੈ। ਉਹਨਾਂ ਨੇ ਇੱਕ ਅੱਖ ਦਾ ਫਰਕਣਾ ਜਿਹੜਾ ਹੈ ਉਹ ਇਹ ਕਿਹਾ ਕਿ ਕਲਯੁਗ ਬੀਤ ਜਾਂਦਾ, 432,000 ਸਾਲ ਬੀਤ ਜਾਂਦੇ ਹੈ, ਇੱਕ ਘੜੀ ਨਾ ਮਿਲਤੇ। ਇਹ ਉਹਨਾਂ ਦੀ ਹਾਲਤ ਸੀ, ਇਹ ਉਹਨਾਂ ਦੀ ਬਿਰਹਾ ਸੀ। ਇਹ ਬਿਰਹਾ ਦੇ ਵਿੱਚ ਉਹਨਾਂ ਨੇ ਸ਼ਬਦ ਲਿਖੇ, ਆਪਣੀ ਪੀੜਾ ਜ਼ਾਹਰ ਕੀਤੀ ਕਿ ਮੈਨੂੰ ਦੂਰ ਕੀਤਾ ਹੈ, ਮੈਨੂੰ ਤੁਸੀਂ ਕਦ ਬੁਲਾਓਗੇ ਪਾਸ, ਮੈਂ ਫਿਰ ਕਦੋਂ ਤੁਹਾਡਾ ਦਰਬਾਰ ਦੇਖੂੰਗਾ। ਉਹ ਚਿੱਠੀਆਂ ਜੋ ਲੈ ਕੇ ਆਉਂਦਾ ਸੀਗਾ, ਉਹ ਪਿਰਥੀਆ ਉਹਨਾਂ ਦਾ ਭਾਈ ਜਿਸ ਨੂੰ ਹੰਕਾਰ ਨੇ ਘੇਰਿਆ ਹੋਇਆ ਸੀਗਾ ਉਹ ਰੱਖ ਲੈਂਦਾ ਸੀਗਾ। ਜਦ ਗੁਰੂ ਸਾਹਿਬ ਨੂੰ ਪਤਾ ਲੱਗਿਆ, ਉਹ ਆਏ ਕਿ ਇਹਨਾਂ ਨੇ ਚਿੱਠੀਆਂ ਭੇਜੀਆਂ ਹਨ, ਉਹ ਕਹਿੰਦੇ ਅੱਛਾ ਬਈ ਇਹ ਚਿੱਠੀਆਂ ਤੇਰੇ ਪਾਸ ਘਰੋਂ ਮੰਗਾ ਲਈਆਂ, ਹੁਣ ਜਿਹਨੂੰ ਹੰਕਾਰ ਹੈ, ਜਿਹੜਾ ਗੁਰੂ ਨੂੰ ਇਨਸਾਨ ਹੀ ਸਮਝਦਾ ਹੈ, ਉਹ ਬੜਾ ਕੁਛ ਬੋਲ ਜਾਂਦਾ ਹੈ, ਸੰਗਤ ਦੇ ਵਿੱਚ ਹੀ ਬੋਲ ਗਿਆ, ਕਹਿਣ ਲੱਗਿਆ ਇਹ ਮੈਨੂੰ ਬਦਨਾਮ ਕਰਨ ਵਾਸਤੇ ਸਾਰਾ ਕੁਛ ਤੁਸੀਂ ਖੇਲ ਰਚਿਆ ਹੋਇਆ ਹੈ, ਇਹ ਇਹਦੀਆਂ ਕਿਵੇਂ ਲਿਖੀਆਂ ਹੋ ਸਕਦੀਆਂ ਹਨ। ਗੁਰੂ ਸਾਹਿਬ ਨੇ, ਗੁਰੂ ਰਾਮਦਾਸ ਨੇ ਕਿਹਾ ਬੇਟਾ ਬਾਪ ਨਾਲ ਝਗੜਨਾ ਅੱਛਾ ਨਹੀਂ ਹੁੰਦਾ ਗਾ, ਤੂੰ ਹੋਸ਼ ਕਰ। ਅੱਛਾ ਬਈ ਅਗਰ ਇਹ ਹੋਰ ਕਿਸੇ ਦੀਆਂ ਹਨ ਤੇ ਤੂੰ ਕਹਿੰਦਾ ਮੈਂ ਵੀ ਇਹੋ ਜਿਹੀ ਕਵਿਤਾ ਲਿਖ ਸਕਦਾ ਹੈ, ਜਿਹੜਾ ਅਗਲਾ ਪਦ ਹੈ ਇਸ ਤੋਂ ਹੋਰ ਲਿਖਣ ਵਾਲਾ, ਤਿੰਨ ਤਾਂ ਲਿਖ ਦਿੱਤੇ, ਹੁਣ ਚੌਥਾ ਤੂੰ ਲਿਖ ਦੇ। ਹੁਣ ਇਹ ਜਿਹੜੀ ਕੁਲਪਣਾ ਹੁੰਦੀ ਹੈ ਪਵਿੱਤਰ ਹਿਰਦਿਆਂ ਦੀ ਹੁੰਦੀ ਹੈ, ਅਗਰ ਹਰ ਇੱਕ ਲਿਖ ਲਵੇ ਉਹ ਪਰਮਾਤਮਾ ਦੇ ਜਸ਼ ਨੂੰ, ਤੋ ਫਿਰ ਤਾਂ ਅਸੀਂ ਸਾਰੇ ਹੀ ਰੀਸਾਂ ਕਰੇ ਤਨਾੜੀਆਂ ਜੋ ਸਾਹਿਬ ਦਰ ਖੜੀਆਂ, ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਉਹਨਾਂ ਦੀ ਕਿਵੇਂ ਰੀਸ ਕਰਾਂਗੇ ਬਈ, ਜੋ ਸਾਹਿਬ ਦੇ ਦਰ ਖੜੀਆਂ ਮਾਲਕ ਨੂੰ ਮਿਲ ਚੁੱਕੀਆਂ। ਗੁਰੂ ਮਹਾਰਾਜ ਬਾਬਾ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕੂੰਜਾਂ ਦੀ ਸਾਰ ਦਾ ਕੂੰਜਾਂ ਨੂੰ ਪਤਾ ਹੈ ਜੋ ਕੂੰਜਾਂ ਨਾਲ ਉੱਡਦੀਆਂ ਹਨ, ਕੁਗੀਆਂ ਗਟਾਰਾਂ ਜੋ ਜ਼ਮੀਨ 'ਤੇ ਹੈ ਉਹਨਾਂ ਨੂੰ ਕੀ ਇਲਮ ਹੈ।
ਤੇ ਗੌਰ ਨਾਲ ਸ਼ਬਦ ਸੁਣਨ ਵਾਲਾ ਸੁਣੋ। ਹਾਂ ਬਈ, ਰਾਗ ਮਾਝ, ਮਾਝ ਮਹਲਾ ਪੰਜਵਾਂ, ਚੌਪ ਦੇ ਘਰ ਪਹਿਲਾ, ਪੰਨਾ 96। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਕ ਕੀ ਨਿਆਈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹੁਣ ਆ ਪਿਆਰ ਨਾਲ ਕਹਿੰਦੇ ਆ, ਮੇਰਾ ਮਨ ਲੋਚਦਾ ਹੈ, ਤੜਫਦਾ ਹੈ, ਉਹ ਕੋਈ ਦੁਨੀਆ ਦਾ ਤਨ ਪਦਾਰਥ ਨਹੀਂ ਮੰਗਦਾ ਗਾ, ਮਨ ਵਿੜਿਆਈ ਨਹੀਂ ਮੰਗਦਾ ਗਾ, ਸਿਰਫ ਤੁਹਾਡੇ ਦਰਸ਼ਨਾਂ ਵਾਸਤੇ। ਜਦ ਬੱਚਾ ਮਾਤਾ ਵਾਸਤੇ ਚੀਕਣਾ ਸ਼ੁਰੂ ਕਰ ਦਿੰਦਾ ਹੈ, ਰੋਣਾ ਸ਼ੁਰੂ ਕਰਦਾ ਹੈ, ਬੇਸ਼ੱਕ ਮਾਤਾ ਕਿਤਨੇ ਵੀ ਕਾਰੋਬਾਰ 'ਚ ਕਿਉਂ ਨਾ ਮਸਤ ਹੋਵੇ, ਫਿਰ ਵੀ ਉਹਨੂੰ ਛੱਡ ਕੇ ਇੱਕਦਮ ਛਾਤੀ ਨਾਲ ਆਉਂਦੀ ਹੈ, ਉਹਦੀ ਜ਼ਰੂਰਤ ਨੂੰ ਪੂਰੀ ਕਰਦੀ ਹੈ। ਇਸੇ ਤਰ੍ਹਾਂ ਜਦ ਸੇਵਕ ਵੀ ਉਸ ਨੂੰ ਸੱਚੇ ਦਿਲੋਂ ਯਾਦ ਕਰਦਾ ਹੈ, ਪਿਆਰ ਨਾਲ ਯਾਦ ਕਰਦਾ ਹੈ, ਅੱਖਾਂ 'ਚੋਂ ਪਾਣੀ ਵਹਿ ਤੁਰਦਾ ਹੈ, ਦਿਲ ਅੰਦਰ ਉਹਦੀ ਤਸਵੀਰ ਉਕਰਿਆਉਂਦੀ ਹੈ, ਉਸ ਵੇਲੇ ਉਹ ਤੋਂ ਵੀ ਰਿਹਾ ਨਹੀਂ ਜਾਂਦਾ ਗਾ। ਮਹਾਰਾਜ ਜੀ ਕਹਿੰਦੇ ਹੁੰਦੇ ਸੀਗੇ ਕਿ ਇੱਕ ਸੰਤ ਵਾਸਤੇ ਦੂਰ ਨੇੜੇ ਦਾ ਫਰਕ ਨਹੀਂ ਪੈਂਦਾ ਗਾ, ਸਿਰਫ ਯਾਦ ਕਰਨ ਦੀ ਲੋੜ ਹੈ। ਮਹਾਰਾਜ ਸਾਵਣ ਕਹਿੰਦੇ ਹੁੰਦੇ ਕਿ ਰਾਤ ਦਾ ਵਕਤ ਹੋਵੇ, ਚੱਖੜ ਚੱਲਦਾ ਹੋਵੇ, ਜਿਸ ਮਕਾਨ ਵਿੱਚ ਬੈਠੇ ਹੈ ਉਹ ਬੰਦ ਹੋਵੇ, ਚ ਫੇਰਿਓ ਤੁਸੀਂ ਯਾਦ ਕਰਦੇ ਹੋ ਕਿ ਉਹ ਰਹਿ ਜਾਏਗਾ ਐਸੀ ਬੰਦਿਸ਼, ਉਸ ਸ਼ਬਦ ਰੂਪ ਗੁਰੂ ਨੂੰ ਕੁਛ ਨਹੀਂ ਕਰਦੀਗੀ, ਉਹ ਤੁਹਾਡੇ ਕੋਲੇ ਬੈਠਾ ਹੋਏਗਾ। ਮੈਂ ਆਪਣੇ ਗੁਰੂ ਦੇਵ ਨੂੰ ਪਿਆਰ 'ਚ ਰੋ ਕੇ ਕਿਹਾ ਸੀਗਾ ਕਿ ਰੋਣ ਦਾ ਮਜ਼ੇ ਨਹੀਂ ਆਉਂਦਾ ਗਾ ਜੇ ਅਗਰ ਅੱਖ ਪੂੰਝਣ ਵਾਲਾ ਪਾਸ ਨਾ ਹੋਵੇ। ਹਾਂ ਬਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਪਪੀਹਾ ਪਾਣੀ ਵਾਸਤੇ ਤੜਫਦਾ ਹੈ, ਔਰ ਨਹਿਰਾਂ ਨਾਲੇ ਕਿਤਨੇ ਪਰੇ ਕਿਉਂ ਨਾ ਵਗਣ, ਉਹ ਪੀਂਦਾ ਨਹੀਂ, ਉਹ ਚੁੰਝ ਨਹੀਂ ਖੋਲਦਾ, ਉਹ ਕਹਿੰਦਾ ਕਿ ਮੇਰੀ ਕੁੱਲ ਨੂੰ ਦਾਗ ਲੱਗ ਜਾਏਗੀ। ਇੱਕ ਜਾਨਵਰ ਵੀ ਆਪਣੀ ਕੁੱਲ ਦਾ ਧਰਮ ਪਾਲਦਾ ਹੈ, ਤੋ ਇਨਸਾਨ ਦੀ ਕਿੰਨੀ ਜ਼ਿੰਮੇਵਾਰੀ ਹੈ।
ਸੇਵਕ ਦੀ ਕਿੰਨੀ ਜ਼ਿੰਮੇਵਾਰੀ ਹੈ? ਇਸ ਵਾਸਤੇ ਆਪ ਕਹਿੰਦੇ ਮੈਨੂੰ ਸ਼ਾਂਤੀ ਨਹੀਂ ਆਉਂਦੀ, ਮੇਰੀ ਪਿਆਸ ਨਹੀਂ ਬੁਝਦੀ ਗਈ। ਭੁੱਖਾਂ ਦੇ ਨਾਲ ਬੁਝੇਗੀ ਸਿਰਫ ਇੱਕ ਦਰਸ਼ਨਾ ਨਾਲ। ਹਾਂ ਬਾਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹੋ ਕੋਲੀ ਜੀਓ ਕੋਲ ਕੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ, ਤੇਰਾ ਮੁਖ ਸੁਹਾਵਾ ਜੀਓ, ਸਹਿਜ ਤੁਨ ਬਾਣੀ, ਤੇਰਾ ਮੁਖ ਸੁਹਾਵਾ ਜੀਓ, ਸਹਿਜ ਤੁਨ ਬਾਣੀ, ਚਿਰ ਹੋਇਆ ਦੇਖੇ ਸਾਰੰਗ ਪਾਣੀ। ਹੁਣ ਆ ਪਿਆਰ ਨਾਲ ਕਹਿੰਦੇ ਹੈ, ਤੇਰਾ ਸਰੂਪ ਸੋਹਣਾ ਹੈ, ਮੈਂ ਦੱਸਦਾ ਹੁੰਦਾ। ਮਹਾਤਮਾ ਚਤਰਦਾਸ ਮਹਾਰਾਜ ਸਾਵਣ ਸਿੰਘ ਦਾ ਨਾਮ ਲੇਵਾ ਸੀ, ਉਹ ਜੜਾਂ ਵਾਲੇ ਦਾ ਰਹਿਣ ਵਾਲਾ ਮਹਾਤਮਾ ਸੀ, ਕਾਫੀ ਅੱਛਾ ਕਮਾਈ ਵਾਲਾ ਸੀ। ਉਹ ਕਹਿੰਦੇ ਹੁੰਦੇ ਸੀ, ਅੰਦਰੋਂ ਯਾਰ ਲਵਾਵੇ ਸਾਨੂੰ ਐਸਾ ਕੋਈ ਬਿਆਸ ਮਿਲੇ, ਐਸਾ ਕੋਈ। ਉਹ ਸਾਵਣ ਦਰਿਆ ਦੇ ਕੰਢੇ ਬਿਆਸ ਵਿੱਚ ਹੀ ਹੈ, ਜਿਹੜਾ ਅੰਦਰੋਂ ਲਵਾ ਸਕਦਾ ਹੈ। ਤੋ ਆਪ ਕਹਿਣ ਲੱਗੇ, ਅਕਸਰ ਸੋਹਣੇ ਹੋਣ ਜਗਤ ਵਿੱਚ ਉਹਦੀ ਸ਼ਕਲ ਨਿਆਰੀ ਹੈ। ਮੰਨ ਲਈ, ਬਹੁਤ ਦਫਾ ਉਹ ਮਹਾਰਾਜ ਸਾਵਣ ਦੇ ਅੱਗੇ ਐਸੀ ਕਵਿਤਾ ਬੋਲਦਾ ਸੀਗਾ, ਉਹ ਸੁਣਦੇ ਸੀ ਬੜੇ ਪਿਆਰ ਨਾਲ। ਇਸ ਵਾਸਤੇ ਆਪ ਕਹਿਣ ਲੱਗੇ, ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੂਆ ਦੇਖੇ ਸਾਰੰਗ ਪਾਣੀ। ਦੇਰ ਹੋ ਗਈ ਹੈ ਚਾਤਰਕ ਨੂੰ ਪਾਣੀ ਮਿਲੇ ਦੀ, ਇਸ ਵੇਲੇ ਚਾਤਰਕ ਨੂੰ ਪਿਆਸ ਲੱਗੀ ਹੈ। ਜਦ ਇੱਕ ਜਾਨਵਰ ਵੀ ਉਹ ਸਵਾਤੀ ਬੂੰਦ ਨੂੰ ਤੜਫਦਾ ਹੈ, ਕਹਿੰਦਾ ਮੇਰੀ ਉਹ ਹਾਲਤ ਹੈ। ਹਾਂ ਬਾਈ, ਤੇਰਾ ਮੁਖ ਸਹਾਵਾ ਜੀਓ, ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਤਨ ਸੋ ਦੇਸ਼ ਯਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਤਨ ਉਹ ਜਗ੍ਹਾ ਹੈ ਜਿੱਥੇ ਤੂੰ ਰਹਿੰਦਾ ਹੈ, ਜਿੱਥੇ ਤੂੰ ਵਸਦਾ ਹੈ। ਸਤਿਗੁਰੂ ਕਿੱਥੇ ਵਸਦਾ ਹੈ? ਸੱਚਖੰਡ ਉਹਦਾ ਘਰ ਹੈ। ਕਬੀਰ ਨੇ ਕਿਹਾ ਸੀ, ਮਹਿਰਮ ਹੋਏ ਸੀ ਜਾਣੇ ਸਾਧੂ, ਐਸਾ ਦੇਸ ਹਮਾਰਾ। ਅਗਰ ਕੋਈ ਮਹਿਰਮ ਹੋਵੇ, ਉਹਨੂੰ ਪਤਾ ਹੈ ਕਿ ਕਿਸ ਇਹ ਦੇਸ਼ ਦੇ ਪੰਛੀ ਹੈ, ਐਸਾ ਦੇਸ ਹਮਾਰਾ। ਫਿਰ ਆਪ ਕਹਿੰਦੇ, ਦਿਨ ਸੋ ਰਹਿਣ ਬੇਦ ਨਹੀਂ ਸ਼ਾਸਤਰ, ਯਹਾਂ ਵਸੇ ਨਿਰੰਕਾਰਾ, ਕਹਿਤ ਕਬੀਰ ਨਰ ਤਿਸੇ ਤੇ ਆਵੋ ਬਾਬਰੇ ਆਸਨ ਸਰ। ਨਾ ਉੱਥੇ ਦਿਨ ਹੈ, ਨਾ ਉੱਥੇ ਰਾਤ ਹੈ, ਨਾ ਕੋਈ ਵੇਦ ਸ਼ਾਸਤਰ ਹੈ ਜਿਹਦਾ ਅਸੀਂ ਸਹਾਰਾ ਲੈ ਕੇ ਉੱਥੇ ਪਹੁੰਚ ਜਾਵਾਂਗੇ। ਕਹਿਣ ਲੱਗੇ,
ਉਸ ਮੁਲਕ ਦੀ ਇਹ ਚੀਜ਼ਾਂ ਹੀ ਨਹੀਂ, ਉਸ ਨੂੰ ਧਿਆਓ, ਉਸ ਨੂੰ ਯਾਦ ਕਰੋ, ਉਹਦੇ ਨਾਲ ਜੁੜੋ। ਲੇਕਿਨ ਉਹਦੇ ਨਾਲ ਕੌਣ ਜੋੜੇਗਾ? ਮਹਾਰਾਜ ਜੀ ਕਹਿੰਦੇ ਹੁੰਦੇ ਸੀ ਕੋਈ ਜੁੜਿਆ ਹੀ ਜੁੜੇਗਾ। ਅਸੀਂ ਕੀ ਕਰਦੇ ਹਾਂ? ਪੂਰਨ ਸੰਤਾਂ ਦੀ ਸ਼ਰਨ ਵਿੱਚ ਜਾਣ ਦੀ ਬਜਾਏ ਘਰ ਬਾਰ ਛੱਡ ਦਿੰਦੇ ਹਾਂ, ਪੁੱਤਰਾਂ ਧੀਆਂ ਨੂੰ ਛੱਡ ਦਿੰਦੇ ਹਾਂ, ਕੰਨ ਪੜਵਾ ਲੈਂਦੇ ਹਾਂ, ਮੁੰਦਰਾਂ ਪਵਾ ਲੈਂਦੇ ਹਾਂ, ਧੂਣੀਆਂ ਵਗੈਰਾ ਤਪਾਉਣ ਲੱਗ ਜਾਂਦੇ ਹਾਂ। ਮੈਂ ਐਸੇ ਕਰਮ ਕਈ ਆਪਣੀ ਜ਼ਿੰਦਗੀ 'ਚ ਵੀ ਕੀਤੇ ਹੈ, ਧੂਣੀਆਂ ਤਪਾਉਣ ਲੱਗ ਜਾਂਦੇ ਹੈ, ਜਲ ਧਾਰੇ ਕਰਨ ਲੱਗ ਜਾਂਦੇ ਹੈ, ਘਰ ਬਾਰ ਛੱਡ ਕੇ ਤੀਰਥਾਂ 'ਤੇ ਵੀ ਤੁਰ ਜਾਂਦੇ ਹੈ, ਹੋਰ ਵੀ ਬਹੁਤ ਸਾਰੇ ਕਰਮ ਕਰਦੇ ਹੈ। ਲੇਕਿਨ ਸੱਚੇ ਸੰਤ ਦੀ ਸ਼ਰਨ ਵਿੱਚ ਜਾਣ ਲੱਗੇ ਅਸੀਂ ਹਿਚਕਚਾਉਂਦੇ ਹੈ। ਕਿਉਂ ਆ ਬਈ? ਲੋਕ ਲਾਜ ਹੈ, ਮੈਂ ਮੇਰੀ ਹੈ। ਲੇਕਿਨ ਜਦ ਤੱਕ ਅਸੀਂ ਇਹਨਾਂ ਦੇ ਦਰ 'ਤੇ ਨਹੀਂ ਜਾਂਦੇਗੇ, ਅਸੀਂ ਉਹਨਾਂ 'ਚ ਪਰਮਾਰਥ ਦੇ ਵਿੱਚ ਕਾਮਯਾਬ ਤਾਂ ਕੀ ਹੋਣਾ ਸੀ, ਅਸੀਂ ਅਲਫਬੇ ਤੱਕ ਵੀ ਨਹੀਂ ਜਾਣਦੇ। ਜੇ ਸਾਨੂੰ ਇਹ ਅਹਿਸਾਸ ਹੋ ਜਾਵੇ ਕਿ ਸਾਡਾ ਅਸੀਂ ਰੂਹਾਨੀਅਤ ਦੇ ਵਿੱਚ ਕਿਤਨੇ ਦਿਵਾਲੀਏਪਨ 'ਤੇ ਆ ਚੁੱਕੇ ਹਾਂ, ਤਾਂ ਫਿਰ ਪਤਾ ਲੱਗਦਾ ਹੈ, ਫਿਰ ਤੜਫ ਹੁੰਦੀ ਹੈ। ਤਾਂ ਆਪ ਕਹਿੰਦੇ ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਉਹ ਉਸ ਦੇਸ਼ ਦਾ ਹੈ। ਇੱਥੇ ਵੀ ਜਿੱਥੇ ਆ ਕੇ ਉਹ ਰਹਿੰਦਾ ਹੈ, ਉਹ ਸਾਡੇ ਜਗ੍ਹਾ ਪੂਜਣ ਦੇ ਕਾਬਲ ਹੁੰਦੀ ਹੈ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖਲਾਵਾ। ਕੌਣ ਉਹਨਾਂ ਨੂੰ, ਉਹਦੇ ਸੇਵਕਾਂ ਨੂੰ ਦੱਸਦਾ ਹੈ ਕਿ ਵੀ ਉੱਥੇ ਬੈਠਾ ਹੈ? ਨਹੀਂ, ਅੰਦਰੋਂ ਅੰਦਰ ਹੀ ਤਾਰ ਖੜਕਦੀ ਹੈ। ਮੈਂ ਦੱਸਦਾ ਹੁੰਦਾ ਹੈ, ਬਹੁਤ ਸਾਰੇ ਲੋਕਾਂ ਨੇ ਬਾਹਰ ਵੀ ਕਹਿਣਾ ਕਿ ਟੈਲੀਵਿਜ਼ਨ ਦੇ ਉੱਤੇ ਅਨਾਊਂਸਮੈਂਟ ਕਰੀਏ, ਅਖਬਾਰਾਂ 'ਚ ਦੱਸੀਏ। ਮੈਂ ਕਹਿੰਦਾ ਨਹੀਂ ਵੀ ਪਿਆਰਿਓ, ਇਹ ਗੁਰੂ ਸ਼ਿਸ਼ ਦਾ ਮਸਲਾ ਹੈ। ਗੁਰੂ ਖੁਦ ਹੀ ਭਾਲਦਾ ਸੇਵਕ ਨੂੰ, ਉਹਦੀ ਮੌਜ ਹੈ, ਤੋ ਸੇਵਕ ਨੂੰ ਤੋ ਸੱਦ ਲੈਂਦਾ ਪਾਸ, ਅਤੇ ਉਹਦੀ ਡਿਊਟੀ ਹੈ ਜਾਂ ਪਾਸ ਸੱਦੇ ਜਾਂ ਖੁਦ ਉੱਥੇ ਜਾਵੇ। ਕਿਤਨੇ ਸੰਤ ਆਏ ਸੰਸਾਰ ਵਿੱਚ, ਉਹ ਇਸ਼ਤਿਹਾਰਬਾਜ਼ੀ ਨਹੀਂ ਕਰਦੇ, ਉਹ ਅਖਬਾਰਾਂ 'ਚ ਨਹੀਂ ਕੱਢਦੇ ਗੇ ਕਿ ਸਾਡੇ ਪਾਸ ਆਓ, ਅਸੀਂ ਹੈ ਕੁਛ। ਸੱਚੇ ਪਾਤਸ਼ਾਹ ਮਹਾਰਾਜ ਸਾਵਣ ਸਿੰਘ ਐਬਟਾਬਾਦ ਗਏ, ਉੱਥੇ ਬਹੁਤ ਸਾਰੇ ਸੇਵਕਾਂ ਨੇ ਕਿਹਾ ਕਿ ਜੀ ਕੋਈ ਅਖਬਾਰਾਂ 'ਚ ਕੱਢ ਦਈਏ ਔਰ ਮਨਿਆਦੀ ਸ਼ਹਿਰ 'ਚ ਵੀ ਕਰਾ ਦਈਏ। ਉਹ ਹੱਸ ਪਏ, ਉਹ ਕਹਿਣ ਲੱਗੇ ਵੀ ਤੁਸੀਂ ਕਿਉਂ ਫਿਕਰ ਕਰਦੇ ਹੋ, ਇਹ ਜਿਨ੍ਹਾਂ ਦਾ ਕੰਮ ਹੈ ਉਹ ਖੁਦ ਹੀ ਕਰ ਦੇਣਗੇ। ਉੱਥੇ ਦੋ ਕੁ ਪਾਰਟੀਆਂ ਰਲ ਗਈਆਂ ਜਿਹੜੇ ਕਿ ਸਤਸੰਗ ਦੀ ਮਹਿਮਾ ਸਮਝਦੇ ਨਹੀਂ ਸਨ, ਜਾਣਦੇ ਨਹੀਂ ਸਨ ਕਿ ਸੰਤ ਕੀ ਹੈ। ਉਹਨਾਂ ਨੇ ਮਨਿਆਦੀ ਕਰਾਉਣੀ ਸ਼ੁਰੂ ਕਰਤੀ ਹੈ ਕਿ ਦੇਖੋ ਬਈ ਪੰਜਾਬ 'ਚੋਂ ਮਹਾਤਮਾ ਆਇਆ ਹੈ, ਉਹਦੀਆਂ ਅੱਖਾਂ 'ਚ ਜਾਦੂ ਹੈ, ਉੱਧਰ ਨਾ ਦੇਖਿਓ, ਉੱਥੇ ਕੋਈ ਜਾਇਓ ਨਾ, ਉਹਨਾਂ ਦੇ ਪਾਸ ਕੋਈ ਜਾਦੂ ਹੈ। ਸਤਸੰਗ ਦੇ ਅੰਦਰ ਜਾਦੂ ਨਹੀਂ ਹੁੰਦਾ, ਸਤਸੰਗ ਦੇ ਵਿੱਚ, ਸਤਸੰਗ ਦੇ ਵਿੱਚ ਸੱਚਾਈ ਹੁੰਦੀ ਹੈ, ਸੱਚਾਈ ਦਾ ਅਸਰ ਆਪਣੇ ਆਪ ਹੀ ਹੋ ਜਾਂਦਾ।
ਤਾਂ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ, ਕਿਉਂ ਬਾਈ, ਆ ਤੁਹਾਡਾ ਕੰਮ ਕਰਦੇ ਫਿਰਦੇ ਕਿ ਨਹੀਂ? ਤੋ ਇਤਨੀ ਉੱਥੇ ਸੰਗਤ ਆਈ ਕਿ ਜਿਹੜਾ ਇੰਤਜ਼ਾਮ ਵੀ ਔਖਾ ਹੋ ਗਿਆ। ਬਹੁਤ ਜ਼ਿਆਦਾ ਸਤਸੰਗੀ ਐਬਟਾਬਾਦ ਦੇ ਅੰਦਰ ਜ਼ਿਆਦਾ ਸਨ, ਪੱਕਾ ਬਾਗ ਦੇ ਵਿੱਚ। ਤੋ ਕਹਿਣ ਦਾ ਭਾਵ ਮੇਰਾ ਇਤਨਾ ਹੀ ਹੈ ਕਿ ਧੰਨ ਸੋ ਦੇ ਜਾਂ ਤੂੰ ਵਸੇ, ਕਿ ਧੰਨ ਹੈ ਜਿੱਥੇ ਵਸਦਾ ਹੈ ਗੁਰਸਿੱਖ, ਉਸ ਜਗ੍ਹਾ ਤੇ ਜਾ ਕੇ ਉਹਨੂੰ ਭਾਲ ਲੈਂਦੇ ਆ, ਲੱਭ ਲੈਂਦੇ ਹੈ ਕਿ ਕਿੱਥੇ ਬੈਠੇ। ਜੀ ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੋਰਾਰੇ ਜੀਓ, ਹੋ ਕੋਲੀ ਹੋ ਕੋਲ ਕੁਮਾਈ, ਗੁਰ ਸੱਜਣ ਮੀਤ ਮੋਰਾਰੇ ਜੀਓ, ਇੱਕ ਕੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪਿਰੇ ਤੁਧ ਭਗਵੰਤਾ, ਮੋਹੇ ਰਹਿਣ ਨਾ ਵਿਹਾਵੇ ਆਪ। ਕਹਿਣ ਲੱਗੇ ਇੱਕ ਕੜੀ ਨਾ ਮਿਲੇ ਤੋ ਕਲਯੁਗ ਦਾ ਪੂਰਾ ਯੁੱਗ ਬੀਤ ਜਾਂਦਾ ਲੱਗਦਾ ਹੈ। ਇੱਕ ਖਿੰਨ ਵਿਸਰੇ ਸਵਾਮੀ ਜਾਣੋ ਬਰਸ ਪਚਾਸਾ, ਗੁਰੂ ਨਾਨਕ ਨੇ ਆਪਦੇ ਵਿਛੋੜੇ ਦੀ ਪੀੜ ਲਿਖੀ ਕਿ ਐ ਲੱਗਦਾ ਜਿਵੇਂ 50 ਸਾਲ ਹੋ ਗਏ ਹੈ, ਇੱਕ ਸਾਸ ਵੀ ਭੁੱਲ ਜਾਂਦਾ ਹੈ। ਇੱਕ ਖਿੰਨ ਵਿਸਰੇ ਪਿਆਰਾ ਭਗਤ ਕਨੇ ਹੀ ਹੋਏ, ਭਗਤ ਦੇ ਵਿੱਚ ਵਿਰਲ ਪੈ ਜਾਂਦੀ ਹੈ, ਇੱਕ ਸਕਿੰਟ ਵੀ ਸਿਮਰਨ ਨੂੰ ਭੁੱਲ ਜਾਂਦੇ ਹੈ। ਜਿਹੜੇ ਲੋਕ ਕਹਿੰਦੇ ਹੈ ਕਿ ਜੀ ਸਿਮਰਨ ਨਹੀਂ ਹੁੰਦਾ ਗਾ, ਸਿਮਰਨ ਭੁੱਲ ਜਾਂਦੇ ਹੈ, ਕਈ ਕਹਿੰਦੇ ਜੀ ਬਹਿ ਕੇ ਵੀ ਨਹੀਂ ਹੁੰਦਾ ਗਾ, ਉਹਨਾਂ ਦੇ ਅੰਦਰ ਕਮੀ ਕੀ ਹੈ ਬਈ? ਬਿਰੇ ਦੀ, ਪਿਆਰ ਦੀ, ਤੜਫ ਦੀ। ਫਰੀਦ ਸਾਹਿਬ ਨੇ ਕਿਹਾ ਸੀ ਕਿ ਜਿਸ ਤਨ ਬਿਰੇ ਨਾ ਉਪਜੇ ਸੋ ਤਨ ਜਾਣ ਮਸਾਣ। ਜਿਸ ਤਨ ਦੇ ਅੰਦਰ ਬਿਰਾ ਹੀ ਨਹੀਂ, ਤੜਫ ਹੀ ਨਹੀਂ, ਉਹਨੂੰ ਜਿਉਂਦੇ ਨੂੰ ਮੁਰਦੇ ਸਮਾਨ ਸਮਝੋ। ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਜਿਸ ਤਨ ਬਿਰੇ ਨਾ ਉਪਜੇ ਸੇ ਤਨ ਜਾਣ ਮਸਾਨ। ਫਿਰ ਉਹ ਕਹਿਣ ਲੱਗੇ ਕਿ ਕਬੀਰ ਸਾਹਿਬ ਨੇ ਵੀ ਕਿਹਾ ਕਿ ਬਿਰੋਂ ਭਿਅੰਗੋ ਮਨ ਵਸੈ, ਮੰਤ ਨਾ ਮਾਨਾ ਖੋਏ, ਨਾ ਰਾਮ ਬਜੋਗੀ ਨਾ ਰਹੇ, ਜੀਏ ਤੇ ਬੋਰਾ ਹੋਏ। ਉਹ ਕਹਿੰਦੇ ਬਿਰੀ ਜੋ ਹੈ, ਜਿਹਦੇ ਅੰਦਰ ਜਾਗ ਪਈ ਹੈ, ਜਿਹਦੇ ਅੰਦਰ ਪਿਆਰ ਜਾਗ ਪਿਆ ਹੈ, ਉਹਨੂੰ ਇਸ ਤਰ੍ਹਾਂ ਹੈ ਕਿ ਜਿਵੇਂ ਸੱਪ ਡੰਗ ਮਾਰਦਾ ਹੈ, ਉਹ ਇੱਕ ਦਫਾ ਹੀ ਸਾਡੀ ਜਾਨ ਸਰੀਰ ਚੋਂ ਕੱਢ ਦਿੰਦਾ ਹੈ, ਨਿਕਲ ਜਾਂਦੀ ਹੈ। ਲੇਕਿਨ ਇਹ ਜਿਹੜੀ ਬਿਰਾ ਹੈ, ਗੁਰੂ ਦੇ ਪਿਆਰ ਦੀ ਬਿਰਾ ਹੈ, ਤੜਫ ਹੈ, ਇਹ ਸਾਹ ਸਾਹ ਨਾਲ ਲੱਗਦੀ ਹੈ। ਉਹ ਜਿਉਂਦਾ ਨਹੀਂ, ਜਿਉਂਦਾ ਮੋਇਆਂ ਦੀ ਤਰ੍ਹਾਂ ਹੈ। ਜੀ ਤਾਂ ਪਾਗਲ ਹੋਏ, ਜੀ ਤਾਂ ਪਾਗਲ ਹੁੰਦਾ ਹੈ। ਮੈਂ ਦੱਸਦਾ ਹੁੰਦਾ ਹੈ
ਕਿ ਜਦ ਮੇਰੇ ਗੁਰੂ ਦੇਵ ਮੇਰੇ ਆਸ਼ਰਮ 'ਚ ਆਉਂਦੇ ਹੁੰਦੇ ਸੀਗੇ ਤਾਂ ਮੈਂ ਅੱਧਾ ਪਾਗਲ ਹੁੰਦਾ ਸੀਗਾ। ਕਬੀਰ ਸਾਹਿਬ ਨੇ ਵੀ ਲਿਖਿਆ ਹੈ, ਆਪਤ ਸਾਧ ਨਾ ਹਰਖਿਆ ਜਾਤ ਨਾ ਦੀਆ ਰੋਏ, ਕਹੇ ਕਬੀਰ ਤੈਂ ਦਾਸ ਕਾ ਕਾਮ ਕਹਾਂ ਸੇ ਹੋਏ। ਜਿਸ ਦੇ ਅੰਦਰ ਇਹ ਬਿਰੇ ਨਹੀਂ ਆਏ ਤੋ ਖੁਸ਼ੀ ਨਹੀਂ ਅੰਦਰ ਆਈ, ਖੁਸ਼ੀ ਅੰਦਰਲੀ ਹੈ। ਤੁਜਾ ਜਾਂਦਾ ਹੈ ਇਹ ਨਾ ਦਿਲ ਦੇ ਵਿੱਚ ਖੁੜਕੁੱਠੀ ਕਿ ਪਤਾ ਨਹੀਂ ਮੇਰਾ ਕੀ ਖੁਸ ਗਿਆ ਹੈ, ਕੀ ਮੇਰਾ ਗੁਆਚ ਗਿਆ ਹੈ। ਫਿਰ ਉਹ ਕਹਿੰਦੇ ਸਤੀਆ ਇਹ ਨਾ ਆਖੀਏ, ਗੁਰੂ ਸਾਹਿਬ ਕਹਿੰਦੇ ਜੋ ਮੜਿਆ ਲੱਗ ਜਲਨ, ਸਤੀਆਂ ਸੇ ਨਾਨਕਾ ਜੋ ਬਿਰੇ ਚੋਟ ਮਰਨ। ਉਹ ਸਤੀਆਂ ਨਹੀਂ ਜੋ ਲੋਕਾਂ ਨੂੰ ਇਕੱਠੇ ਕਰਕੇ ਹਾਰ ਸ਼ਿੰਗਾਰ ਲਾ ਕੇ ਜਾ ਕੇ ਚਿਖਾ ਦੇ ਵਿੱਚ ਸੜਦੀਆਂ ਹਨ, ਵੀ ਲੋਕ ਦੇਖਣ ਵੀ ਇਹ ਤਾਂ ਬੜੀ ਬਹਾਦਰ ਹੈ। ਲੇਕਿਨ ਸੰਤ ਕੀ ਕਹਿੰਦੇ ਹੈ, ਸਤੀਆਂ ਇਹ ਨਾ ਆਖੀਏ ਜੋ ਮੜਿਆਂ ਲੱਗ ਜਲਨ, ਜੋ ਮੜੀਆਂ ਦੇ ਵਿੱਚ ਜਲਦੀਆਂ ਹਨ ਉਹ ਸਤੀਆਂ ਨਹੀਂ। ਸਤੀਆਂ ਉਹ ਹੈ, ਪ੍ਰੀਤਮ ਯਾਦ ਆਇਆ ਤੋ ਤਨ ਸਾੜ ਦਿੱਤਾ, ਉੱਥੇ ਸਾਹ ਜਿਹੜਾ ਹੈ ਉਹ ਖਤਮ। ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਚਿਥਾ ਤੇ ਪਹੁੰਚਾ ਦੂਗੀ, ਉਹਦੇ ਕੋਲ ਇੰਨਾ ਟਾਈਮ ਕਿੱਥੇ ਹੈ। ਜਦ ਵਿਛੋੜਾ ਸੁਣਿਆ ਉੱਥੇ ਸਾਹ ਦਿੱਤੇ। ਮਹਾਰਾਜ ਸਾਵਣ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਰਾਜੇ ਪਰਥਰੀ ਦੀ, ਕਿ ਪਰਥਰੀ ਨੇ ਇੱਕ ਦਿਨ ਆਪਣੇ ਮਹੱਲ ਵਿੱਚ ਇੱਕ ਸਤੀ ਔਰਤ ਦੀ ਤਾਰੀਫ ਕੀਤੀ ਕਿ ਉਹ ਬੜੀ ਬਹਾਦਰ ਔਰਤ ਸੀ, ਆਪਣੇ ਪਤੀ ਦਾ ਸਿਰ ਗੋਦ ਵਿੱਚ ਰੱਖ ਕੇ ਤੇ ਉਹ ਸੜਮ ਹੋਈ। ਹੁਣ ਰਾਣੀ ਬੜੀ ਆਲਾ ਪਾਤਰ ਸੀਗੀ, ਉਹ ਕਹਿੰਦੀ ਨਹੀਂ ਰਾਜਾ ਉਹ ਸਤੀ ਨਹੀਂ ਸੀ, ਸਤੀ ਤਾਂ ਸੀ ਜਦ ਉਹਨੇ ਸੁਣਿਆ ਸੀ ਉਦੋਂ ਹੀ ਪ੍ਰਾਣ ਉਹ ਤਿਆਗ ਦਿੰਦੀ। ਰਾਜੇ ਨੇ ਸੋਚਿਆ ਕਿ ਕਲਮਾ ਇਸਨੇ ਬੜਾ ਉੱਚਾ ਕਿਹਾ ਹੈ, ਦੇਖੀਏ ਤਾਂ ਸਹੀ ਕਿ ਇਹਦੇ ਅੰਦਰ ਜਜ਼ਬਾ ਹੈ। ਤੋ ਇੱਕ ਦਿਨ ਬਾਹਰ ਸ਼ੇਰ ਦੇ ਸ਼ਿਕਾਰ ਨੂੰ ਗਿਆ, ਉੱਥੇ ਉਸਨੇ ਐਸਾ ਕੌਤਕ ਰਚਿਆ ਕਿ ਕੋਈ ਜਾਨਵਰ ਮਾਰ ਕੇ ਉਹਦਾ ਖੂਨ ਲਾ ਕੇ ਆਪਦੀ ਪਿਸ਼ਾਕ ਨੂੰ ਭੇਜ ਦਿੱਤਾ। ਕਹਿੰਦਾ ਮਹਿਲਾਂ 'ਚ ਕਹਿ ਦਿਓ ਰਾਣੀ ਨੂੰ ਜਾ ਕੇ ਕਿ ਰਾਜਾ ਮਰ ਚੁੱਕਿਆ ਹੈ। ਉਹਨੇ ਕਿਹਾ ਤੇ ਰਾਣੀ ਨੇ ਪ੍ਰਾਣ ਤਿਆਗ ਦਿੱਤੇ। ਪਿਆਰਿਓ ਜੋ ਕਹਿੰਦੇ ਹੈ ਜਿਨ੍ਹਾਂ ਦੇ ਅੰਦਰ ਅਸੀਂ ਬਿਰਾ ਹੈ ਉਹ ਐਸਾ ਕਰ ਗੁਜ਼ਰਦੇ ਹੈ। ਰਾਜੇ ਨੂੰ ਪਤਾ ਲੱਗਿਆ, ਉਹ ਪਛਤਾਇਆ, ਰਾਜਾ ਪਰਥਰੀ ਪਛਤਾਇਆ ਵੀ ਓਹੋ ਬੜੀ ਆਲਾ ਔਰਤ ਸੀਗੀ, ਅਹਿਲਕਾਰਾਂ ਦੇ ਕਹਿਣ ਦੇ ਉੱਤੇ ਹੋਰ ਸ਼ਾਦੀ ਕਰ ਲਈ। ਜਦ ਹੋਰ ਸ਼ਾਦੀ ਕੀਤੀ ਉਹਨੇ ਸੋਚਿਆ ਕਿ ਉਹ ਪਹਿਲੀ ਰਾਣੀ ਜੈਸੀ ਹੋਏਗੀ, ਜੈਸੀ ਉਹ ਰਾਣੀ ਸੀ। ਤੋ ਮੈਂ ਦੱਸਦਾ ਨਾ, ਇੱਕ ਬੰਦਾ ਬੰਦਾ ਨਹੀਂ ਬਣਦਾ, ਇੱਕ ਬੰਦਾ ਭਗਵਾਨ ਬਣੇ। ਬੰਦੇ ਦੀ ਸੂਰਤ ਸਾਰੇ ਰੱਖਦੇ ਹੈ, ਤੋ ਇੱਕ ਬੰਦਿਆਂ ਵਾਲੇ ਕੰਮ ਹੀ ਨਹੀਂ ਕਰਦਾ, ਬੰਦਾ ਹੀ ਨਹੀਂ। ਜਿਸ ਨੂੰ ਗੁਰੂ ਨਾਨਕ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾਂ ਕਰੇ ਦਿਨ ਰਾਤ। ਤੋ ਉਹ ਔਰਤ ਰਾਜੇ ਨੂੰ ਛੱਡ ਕੇ, ਇੱਕ ਕੁਤਵਾਲ ਸੀ ਉਸ ਨਾਲ ਪਿਆਰ ਕੀਤਾ, ਕੁਤਵਾਲ ਦਾ ਅੱਗੇ ਵੇਸਵਾ ਨਾਲ ਪਿਆਰ ਸੀਗਾ।
ਇੱਕ ਲੱਕੜਹਾਰਾ ਸੀ, ਉਸ ਨੂੰ ਇੱਕ ਫਲ ਮਿਲਿਆ। ਉਹ ਫਲ ਦਾ ਇਹ ਗੁਣ ਸੀ ਕਿ ਜਿਹੜਾ ਖਾਵੇ ਤੇ ਉਹ ਸਦਾ ਹੀ ਜਵਾਨ ਰਵੇ। ਉਸਨੇ ਸੋਚਿਆ ਕਿ ਮੈਂ ਤਾਂ ਪਹਿਲਾਂ ਦੁੱਖਾਂ ਭਰੀ ਜ਼ਿੰਦਗੀ ਬਤੀਤ ਕਰਦਾ ਹਾਂ, ਰਾਜਾ ਨਿਆਂਕਾਰੀ ਹੈ, ਬੜਾ ਅੱਛਾ ਹੈ, ਪਰਮਾਤਮਾ ਹੈ, ਕਿਉਂ ਨਾ ਉਸ ਨੂੰ ਦੇ ਦੇਵਾਂ। ਉਹ ਜਵਾਨ ਹੋ ਕੇ ਅੱਛੇ ਨਿਆਂ ਕਰੇਗਾ। ਤੋ ਰਾਜੇ ਨੂੰ ਉਸਨੇ ਸਾਰਾ ਗੁਣ ਧਰਮ ਦੱਸ ਕੇ ਦੇ ਦਿੱਤਾ। ਰਾਜੇ ਨੇ ਸੋਚਿਆ ਕਿ ਪਹਿਲੀ ਰਾਣੀ ਜੈਸੀ ਹੋਣੀ ਹੈ। ਉਸਨੇ ਉਹ ਫਲ ਉਸਨੂੰ ਦਿੱਤਾ। ਉਸਦਾ ਪ੍ਰੇਮ ਉਸ ਕੁਤਵਾਲ ਦੇ ਨਾਲ ਸੀਗਾ ਜਿਹੜਾ ਉਹਨਾਂ ਦਾ ਨੌਕਰ ਸੀਗਾ। ਇਹ ਜਵਾਨ ਰਵੇ, ਉਸਦਾ ਵੇਸਵਾ ਨਾਲ ਪਿਆਰ ਸੀਗਾ, ਉਸਨੇ ਉਸ ਨੂੰ ਦੇ ਦਿੱਤਾ। ਜਦ ਵੇਸਵਾ ਦੇ ਪਾਸ ਉਹ ਫਲ ਗਿਆ, ਉਸਨੇ ਕਿਹਾ ਕਿ ਮੈਂ ਤਾਂ ਸਾਰੀ ਜ਼ਿੰਦਗੀ ਹਰਾਮਕਾਰੀ ਕਰਦੀ ਹਾਂ, ਪਾਪ ਇਕੱਠੇ ਕਰਦੀ ਹਾਂ, ਕਿਉਂ ਨਾ ਰਾਜਾ ਪਰਮਾਤਮਾ ਹੈ, ਅੱਛਾ ਹੈ, ਉਸ ਨੂੰ ਇਹ ਦਿੱਤਾ ਜਾਵੇ। ਉਹ ਫਲ ਵਾਪਸ ਰਾਜੇ ਪਾਸ ਆਇਆ। ਹੁਣ ਰਾਜਾ ਦੇਖਦਾ ਹੈ, ਉਸਨੇ ਰਾਣੀ ਨੂੰ ਬੁਲਾਇਆ ਕਿ ਇਹ ਫਲ ਤੇਰੇ ਕੋਲੋਂ ਕਿਸ ਤਰ੍ਹਾਂ ਚਲਿਆ ਗਿਆ। ਪਹਿਲਾਂ ਰਾਣੀ ਨੇ ਇੱਧਰ ਉੱਧਰ ਬਾਤ ਕਰੀ, ਜਦ ਰਾਜੇ ਨੇ ਡਾਂਟੀ ਤਾਂ ਰਾਣੀ ਨੇ ਦੱਸ ਦਿੱਤਾ ਕਿ ਜੀ ਮੈਂ ਕੋਤਵਾਲ ਨੂੰ ਦੇ ਬੈਠੀ। ਉਹਨੂੰ ਬੁਲਾਇਆ, ਉਹਨੇ ਵੀ ਪਹਿਲਾਂ ਇੱਧਰ ਉੱਧਰ ਬਾਤ ਕਰੀ, ਜਦ ਉਸ ਨੂੰ ਵੀ ਡਾਂਟਿਆ ਉਹ ਵੀ ਬਕ ਪਿਆ ਕਿ ਜੀ ਮੇਰਾ ਵੇਸਵਾ ਨਾਲ ਪਿਆਰ ਸੀ, ਮੈਂ ਉਹਨੂੰ ਦਿੱਤਾ। ਵੇਸਵਾ ਨੂੰ ਬੁਲਾਇਆ, ਉਹ ਕਹਿੰਦੀ ਜੀ ਮੈਨੂੰ ਇਸੇ ਕੁਤਵਾਲ ਤੋਂ ਫਲ ਮਿਲਿਆ ਸੀਗਾ, ਮੈਂ ਸੋਚਿਆ ਕਿ ਮੇਰੀ ਜ਼ਿੰਦਗੀ ਤਾਂ ਪਾਪਾਂ ਭਰੀ ਹੈ ਪਹਿਲਾਂ ਤੋਂ ਹੀ, ਕਿਉਂ ਨਾ ਰਾਜੇ ਨੂੰ ਦਿੱਤਾ ਜਾਵੇ। ਤੋ ਰਾਜੇ ਨੇ ਆਪਣੇ ਆਪ ਨੂੰ ਲਾਣਤ ਪਾਈ ਕਿ ਜਿਹੜਾ ਇਹਨਾਂ ਦੇ ਚੁੰਗਲ 'ਚ ਫਸਿਆ। ਤੋ ਕਹਿਣ ਦਾ ਭਾਵ ਕਿ ਜਿਹਦੇ ਅੰਦਰ ਬਿਰਹਾ ਹੈ, ਤੜਫ ਹੈ ਗੁਰੂ ਵਾਸਤੇ, ਪ੍ਰੀਤਮ ਵਾਸਤੇ, ਆਪਣੇ ਪਿਆਰੇ ਵਾਸਤੇ, ਉਹਦੇ ਵਾਸਤੇ ਕਿੱਥੇ ਇਹੋ ਜਿਹੇ ਟਾਈਮ ਮਿਲਦੇ ਹੈ। ਗੁਰੂ ਨਾਨਕ ਨੇ ਕਿਹਾ ਮੈਂ ਰਵੰਦੀ ਸਭ ਜਗ ਰੁਨਾ, ਰੁਨੜੇ ਵੜੂ ਪਖੇਰੂ, ਮੈਂ ਰੋਈ ਮੈਨੂੰ ਦੇਖ ਕੇ ਪਸ਼ੂ ਪੰਛੀ ਵੀ ਰੋਏ। ਇੱਕ ਨਾ ਰੁਨਾ ਮੇਰੇ ਤਨ ਦਾ ਬਿਰਹਾ, ਜਿਨਹੋਂ ਪਿਰੋਂ ਵਿਛੋੜੀ, ਮੇਰਾ ਵਿਛੋੜਾ ਜਿਹੜਾ ਸੀ ਉਹ ਫਿਰ ਵੀ ਦੂਰ ਨਾ ਹੋਇਆ। ਫਿਰ ਵੀ ਪ੍ਰੇਮੀ ਆਪਦੀਆਂ ਅੱਖਾਂ 'ਚੋਂ ਪਾਣੀ ਕੱਢ ਕੇ ਉਹ ਵੀ ਇੱਕ ਇਸ ਤਰ੍ਹਾਂ ਥੱਲੇ ਆ ਕੇ ਆਤਮਾ 'ਤੇ ਡਿੱਗਦਾ ਜਿਵੇਂ ਕੋਲਿਆਂ 'ਤੇ ਪਾਣੀ ਗਿਰਦਾ ਹੈ। ਇਹ ਰੋਇਆ ਆਪਣੇ ਆਪ ਨਹੀਂ ਜਾਂਦਾ ਗਾ। ਮੈਂ ਇੱਕ ਸ਼ਬਦ ਲਿਖਿਆ ਹੈ, ਮੈਂ ਕਿਰਪਾਲ ਤੇ ਵਿਛੜ ਕੇ ਰੋਈ ਰਹੇ, ਇਹ ਉਸ ਵੇਲੇ ਦਾ ਲਿਖਿਆ ਸੀਗਾ। ਮੇਰੇ ਰੋਣ ਦਾ ਸਾਰੇ ਸੰਸਾਰ 'ਚ ਹਰ ਮੁਲਕ ਦੇ ਅੰਦਰ ਪਤਾ ਹੈ ਕਿ ਇਹਨੂੰ ਕੀ ਹੋਇਆ ਸੀ। ਕੋਈ ਸਮਝਾਉਣ ਲੱਗਿਆ, ਕਹਿਣ ਲੱਗਿਆ ਜੀ ਤੁਸੀਂ ਇਹ ਕਹਿੰਦੇ ਹੋ ਵੀ ਮਰੇ ਨੂੰ ਰੋਣਾ ਨਹੀਂ ਚਾਹੀਦਾ, ਤੇ ਤੁਸੀਂ ਕਿਉਂ ਰੋਂਦੇ ਹੋ। ਮੈਂ ਕਿਹਾ ਹਾਂ, ਜਿਸ ਲੈਵਲ 'ਤੇ ਤੂੰ ਕਹਿੰਦਾ ਉਹ ਠੀਕ ਹੈ, ਪਰ ਜਿਹਦਾ ਮਰਿਆ ਨਾ ਹੋਵੇ
ਤੈਨੂੰ ਕੀ ਪਤਾ ਹੈ? ਜਿਹਦਾ ਮਰਿਆ ਨਾ ਹੋਵੇ ਉਹ ਬਈ ਕੀ ਕਰੇ? ਮੇਰਾ ਜਿਹੜਾ ਪ੍ਰੀਤਮ ਹੈ ਉਹ ਜਿਉਂਦਾ। ਮੈਂ ਕਿਹਾ ਸਿਰਫ ਉਹ ਅੱਖਾਂ ਤੋਂ ਓਹਲੇ ਹੋ ਗਿਆ, ਜਿਹਦਾ ਇਤਨਾ ਪਿਆਰਾ ਹੋਵੇ, ਜਿਹਨੂੰ ਦੇਖ ਕੇ ਉਹ ਖਾਣਾ ਖਾਂਦਾ ਹੋਵੇ, ਜਿਹਨੂੰ ਦੇਖ ਕੇ ਉਹ ਤੜਫਦਾ ਹੋਵੇ, ਜਿਹਨੂੰ ਦੇਖ ਕੇ ਖੁਸ਼ੀ ਆਉਂਦੀ ਹੋਵੇ ਦਿਲ ਨੂੰ, ਉਹ ਉਹਦੇ ਕੋਲੋਂ ਦੂਰ ਚੱਲਿਆ ਜਾਵੇ, ਉਹਦੀ ਹਾਲਤ ਦਾ ਉਹਨੂੰ ਪਤਾ ਹੈ, ਦੂਜਿਆਂ ਨੂੰ ਕੀ ਪਤਾ ਬਈ? ਅੱਜ ਇਸ ਮਹਾਤਮਾ ਗੁਰੂ ਅਰਜਨ ਦੇਵ ਦੀ ਬਾਣੀ ਪੜ੍ਹਦੇ ਹਾਂ, ਤੁਸੀਂ ਇਸ ਇਹਨਾਂ ਦੇ ਸ਼ਬਦ ਪੜ੍ਹ ਕੇ ਸੁਣੋ। ਕਿਸੇ ਗੁਰੂ ਦਾ, ਗੁਰੂ ਅੰਗਦ ਦੇਵ ਦਾ ਗੁਰੂ ਜਦੋਂ ਉਹਨਾਂ ਦੀਆਂ ਅੱਖਾਂ ਤੋਂ ਪਾਸੇ ਹੋਇਆ, ਉਹਨਾਂ ਨੇ ਉਸੇ ਟਾਈਮ ਇਹ ਲਿਖਿਆ, ਜਿਸ ਪਿਆਰੇ ਸੁਣਿਓ ਤਿਸ ਅੱਗੋਂ ਮਰ ਚੱਲੀਏ, ਦਿਰਘ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਸੇਵਕ ਸੱਚਾ ਹੈ ਉਹਨੇ ਸਾਹ ਹੀ ਉਹ ਸਹੀ ਗਿਣਦਾ ਹੈ, ਲੇਖੇ ਜੇ ਗਿਣਦਾ ਹੈ ਜਿਹੜੇ ਗੁਰੂ ਦੇ ਸੰਸਾਰ ਵਿੱਚ ਰਹਿੰਦੇ ਆਉਂਦੇ ਹੈ, ਬਾਕੀ ਦਿਆਂ ਸਭ ਨੂੰ ਹਰਾਮ ਗਿਣਦਾ ਹੈ। ਇਹ ਗੁਰੂ ਦਾ ਪਿਆਰ ਹੈ। ਕਿਉਂ ਬਈ? ਜੇ ਸਾਨੂੰ ਸਮਝ ਆ ਜਾਵੇ ਕਿ ਸਾਨੂੰ ਕੀ ਦੌਲਤ ਦਿੱਤੀ ਉਸ ਗੁਰੂ ਨੇ, ਗੁਰੂ ਉਹ ਦੌਲਤ ਦਿੰਦਾ ਤਰਲੋਕੀ ਤੱਕ, ਸੱਚਾ ਉਹ ਸੱਜਣ ਹੈ, ਸੱਚਾ ਮਿੱਤਰ ਹੈ, ਕਿ ਜਿਹੜੀ ਨਾ ਮੁੱਲ ਨੂੰ ਮਿਲਦੀ ਹੈ, ਨਾ ਮੰਗਿਆ ਮਿਲਦੀ ਹੈ, ਨਾ ਸਾਨੂੰ ਇਹ ਖੇਤਾਂ 'ਚ ਅਸੀਂ ਉਗਾ ਸਕਦੇ ਹਾਂ। ਮੈਂ ਦੱਸਦਾ ਹੁੰਦਾ ਜਿਹੜੇ ਪੂਰੇ ਗੁਰੂ ਹੈ, ਪੂਰੇ ਸੰਤ ਹੈ, ਪਿਆਰਿਓ ਇਹ ਦਾਤ ਜੋ ਪਰਮਾਤਮਾ ਨੇ ਉਹਨਾਂ ਨੂੰ ਦਿੱਤੀ ਹੈ ਮੁਫਤ ਦੇ ਵਿੱਚ, ਉਹ ਮੁਫਤ ਦੇ ਵਿੱਚ ਹੀ ਦੇਣ ਵਾਸਤੇ ਆਉਂਦੇ ਹੈ। ਪੂਰਾ ਸੰਤ ਕਦੇ ਵੀ ਆਪਦੇ ਸੇਵਕ ਤੇ ਦੀ ਕਮਾਈ ਨੂੰ ਆਪਣੇ ਤੇ ਖਰਚ ਨਹੀਂ ਕਰੇਗਾ, ਉਹ ਦਸਾਂ ਨੌਹਾਂ ਦੀ ਰੋਜ਼ੀ ਰੋਟੀ ਕਮਾਏਗਾ, ਮਿਹਨਤ ਕਰੇ, ਮਜ਼ਦੂਰੀ ਕਰੇ। ਲੰਗਰ ਵਾਸਤੇ ਮਹਾਰਾਜ ਸਾਵਣ ਕਹਿੰਦੇ ਹੋ ਕਿ ਅਮੀਰ ਪਾ ਜਾਂਦੇ ਹੈ, ਗਰੀਬ ਖਾ ਜਾਂਦੇ ਹੈ। ਸਰਦੇ ਲੋਕ ਲੰਗਰ 'ਚ ਸੇਵਾ ਪਾਉਂਦੇ ਹੈ, ਦੂਸਰੇ ਖਾ ਜਾਂਦੇ ਹੈ, ਸੰਗਤ ਦਾ ਇੰਤਜ਼ਾਮ ਹੋ ਜਾਂਦਾ ਹੈ, ਲੇਕਿਨ ਇਹਦੇ ਵਿੱਚ ਵੀ ਆਪਣੀ ਕਮਾਈ ਕਰਕੇ ਪਾਉਂਦੇ ਹੈ। ਗੁਰੂ ਨਾਨਕ ਨੇ ਕਿਹਾ ਸੀ, ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਪਰਮਾਤਮਾ ਬੂਹਾ ਹੀ ਉਹਨੂੰ ਖੋਲੇਗਾ ਕਿ ਜਿਹੜਾ ਆਪਣੀ ਕਮਾਈ ਖੁਦ ਲੰਗਰ 'ਚ ਪਾਉਂਦਾ ਹੈ। ਕੋਟਨਵੇ ਕਹੋ ਜੋ ਭਜਨ ਰਾਮ ਕੋ ਪਾਵਾ। ਅਗਰ ਐਸੇ ਮਹਾਤਮਾ ਅਸੀਂ ਢੂੰਡਾਂਗੇ ਕਿੰਨੇ ਕੁ ਮਿਲਣਗੇ ਬਈ, ਜੱਗ ਮੇ ਉਤਮ ਕੱਢੀਏ ਵਿਰਲੇ ਕੇ ਇੱਕੇ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਇਹ ਛੋਟਾ ਜਿਹਾ ਸ਼ਬਦ ਬੜਾ ਹੀ ਪਿਆਰ ਭਰਿਆ, ਬਿਰਮ ਭਰਿਆ, ਆਪਣੀ ਵਿਆਖਿਆ ਸੁਣਾਈ ਕਿ ਮੇਰੇ ਅੰਦਰ ਮੇਰੇ ਗੁਰੂ ਦਾ ਕਿਤਨਾ ਦਰਦ ਹੈ, ਕਿਤਨਾ ਪਿਆਰ ਹੈ। ਮੈਨੂੰ ਰਹਿਣ ਨਹੀਂ ਬਿਹਾਉਂਦੀ, ਨੀਂਦ ਨਹੀਂ ਆਉਂਦੀ, ਰਾਤੀ ਰੱਤੀ ਨੀਂਦ ਨਾ ਆਵੇ, ਦੇਹਾਂ ਬਹੁਤ ਹੈਰਾਨੀ ਹੋ। ਹਜ਼ਰਤ ਬਾਹੂ ਨੇ ਕਿਹਾ, ਰਾਤ ਨੂੰ ਨੀਂਦ ਨਹੀਂ, ਦੇਹ ਨੂੰ ਦਿਨੇ ਹੈਰਾਨ ਹੋਇਆ ਫਿਰਦਾ ਹੈ, ਜਿਵੇਂ ਚੱਕਵੀ ਹੈਰਾਨ ਹੋਈ ਫਿਰਦੀ ਹੈ ਕਿ ਕਦ ਰਾਤ ਆਵੇ, ਦਿਨ ਚੜ੍ਹੇ, ਮੈਂ ਉਹ ਸੂਰਜ ਦੇ ਦਰਸ਼ਨ ਕਰਾਂ। ਉਸਦੇ ਦਿਲ ਅੰਦਰ ਇਸ ਤਰ੍ਹਾਂ ਤੜਫ ਉੱਠਦੀ ਹੈ ਜਿਵੇਂ ਆਪਾਂ ਮਛਲੀ ਤੋਂ ਸਾਗਰ ਖੋਹ ਲਈਏ। ਮਛਲੀ ਦੀ ਕੀ ਹਾਲਤ ਬਈ? ਉਹਦਾ ਪਾਣੀ ਜੀਵਨ ਹੈ। ਚੱਕਵੀ ਨੂੰ ਚੰਦਰਮਾ ਤੋਂ ਓਹਲੇ ਲੈ ਜਾਈਏ, ਚਕੋਰ ਚੰਦਰਮਾ ਤੋਂ ਓਹਲੇ ਹੋ ਜਾਵੇ, ਚੱਕਵੀ ਤੋਂ ਸੂਰਜ ਓਹਲੇ ਹੋ ਜਾਵੇ, ਮੱਛੀ ਤੋਂ ਪਾਣੀ
ਦੂਰ ਹੋ ਜਾਵੇ, ਪਤੰਗ ਤੋਂ ਦੀਵਾ ਦੂਰ ਹੋ ਜਾਵੇ, ਤੁਸੀਂ ਪੁੱਛੋ ਉਹਨੂੰ ਉਹਦੀ ਕੀ ਹਾਲਤ ਹੈ। ਸੋ ਸਾਨੂੰ ਵੀ ਚਾਹੀਦੀ ਹੈ ਜੋ ਸਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਿਆਰ ਦੇ ਨਾਲ ਦੱਸਿਆ ਹੈ ਉਹਦੇ ਮੁਤਾਬਕ ਭਜਨ ਸਿਮਰਨ ਕਰਕੇ ਆਪਦੇ ਜੀਵਨ ਨੂੰ ਪਵਿੱਤਰ ਬਣਾਈਏ। ਜੋ ਮੌਕਾ ਸਾਨੂੰ ਪਰਮਾਤਮਾ ਨੇ ਇਨਸਾਨੀ ਜਾਮੇ ਦਾ ਦਿੱਤਾ ਹੈ, ਇਸ ਤੋਂ ਪੂਰਾ ਪੂਰਾ ਫਾਇਦਾ ਉਠਾਈਏ। ਮੋਹੇ ਰਹਿਣ ਨਾ ਆਵੇ, ਨੀਂਦ ਨਾ ਵੇ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ, ਹੋਂ ਕੋਲੀ ਜੀਓ ਕੋਲ ਕੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸ਼ੀ ਕਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹੋਂ ਕੋਲੀ ਜੀਓ ਕੋਲ ਕੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ।